ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਰਪੱਖ ਟਾਕ ਵਿਦ ਪ੍ਰੋਫੈਸਰ ਮਨਜੀਤ ਸਿੰਘ ਖਬਰਾਂ ਦੀ ਖਬਰ ਲੈ ਕੇ ਅਸੀਂ ਹਾਜ਼ਰ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਹੈਪੀ ਨਿਊ ਇਅਰ 2020 ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਜੋ ਜ਼ਿੰਦਗੀ ਵਿੱਚ ਚਾਹੁੰਦੇ ਹੋ ਜ਼ਰੂਰ ਅਚੀਵ ਕਰ ਸਕੋ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਅਸੀਂ ਵੀ ਵਧੀਆ-ਵਧੀਆ ਖਬਰਾਂ ਤੁਹਾਡੇ ਤੱਕ ਪਹੁੰਚਾਈਏ ਖਬਰਾਂ ਦੀ ਅਸਲੀ ਖਬਰ ਤੁਹਾਡੇ ਤੱਕ ਹਮੇਸ਼ਾ ਪਹੁੰਚਾਉਂਦੇ ਰਹੀਏ ਤੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਨਾ ਦੇਣਾ ਤੁਹਾਨੂੰ ਵੀ ਢੇ ਵੀ ਤੇ ਨਵਾਂ ਸਾਲ ਗਰਮ ਜੋਸ਼ੀ ਨਾਲ ਚੜ ਰਿਹਾ ਹੈ ਇੱਥੇ ਵੀ ਤੇ ਆਪਾਂ ਮਤਲਬ ਐਸੇ ਤਰੀਕੇ ਨਾਲ ਆਉਂਦੇ ਸਾਲੇ ਸਾਰੇ ਸਾਲ ਮਿਲਦੇ ਰਹਾਂ ਜੀ ਬਿਲਕੁਲ ਤੇ ਨਵੇਂ ਸਾਲ ਦੀ ਸ਼ੁਰੂਆਤ ਜੋ ਹੈ ਤੁਪ ਵਧੀਆ ਚੜ ਗਈ ਅੱਜ ਪਹਿਲੀ ਤਰੀਕ ਨੂੰ ਹੀ ਤੇ ਨਾਲ ਦੀ ਨਾਲ ਜੋ ਬੜੇ ਹੀ ਇੱਕ ਵਧੀਆ ਤੁਹਾਨੂੰ ਨਾ ਤੋਹਫੇ ਜੋ ਹੈ ਮਿਲਣ ਵਾਲੇ ਨੇ ਉਹਨੂੰ ਚਾਹੇ ਤੁਸੀਂ ਚੰਗੇ ਕਹਿ ਲੋ ਚਾਹੇ ਮਾੜੇ ਕਹਿ ਲੋ ਮਹਿੰਗਾਈ ਵਧਣ ਵਾਲੀ ਹੈ ਅਗਰ ਅਸੀਂ ਬਿਜਲੀ ਦੀ ਗੱਲ ਕਰੀਏ ਤਾਂ 30 ਪੈਸੇ ਪ੍ਰਤੀ ਯੂਨਿਟ ਜੋ ਹੈ ਬਿਜਲੀ ਮਹਿੰਗੀ ਹੋ ਰਹੀ ਹੈ ਤੇ ਨਾਲ ਦੀ ਨਾਲ ਜੋ ਘਰੇਲੂ ਗੈਸ ਸਿਲੰਡਰ ਹੈ ਉਹ ਵੀ ਮਹਿੰਗਾ ਹੋਣ ਵਾਲਾ ਹੈ ਤੇ ਆਪਾਂ ਇਸ ਨੂੰ ਕਿਸ ਤਰੀਕੇ ਨਾਲ ਦੇਖੀਏ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਕੁਝ ਵਧੀਆ ਤੋਹਫੇ ਮਿਲਨੇ ਚਾਹੀਦੇ ਸੀ ਪਰ ਆਹ ਜਨਤਾ ਦੇ ਉੱਪਰ ਹੋਰ ਬੋਝ ਪੈ ਗਿਆ ਨਾਲ ਰੇਲਵੇ ਟਿਕਟਾਂ ਵੀ ਮਹਿੰਗੀਆਂ ਹੋ ਰਹੀਆਂ ਨੇ ਮੈਨੂੰ ਬਤ ਨਹੀਂ ਸਮਝ ਨਹੀਂ ਆਉ ਕਾਰਾਂ ਨੇ ਸੋਚ ਲੈਣਾ ਚਾਹੀਦਾ ਕਿ ਇੱਕ ਦਿਨ ਠਹਿਰ ਕੇ ਕਰ ਲੈਣ ਕਿ ਤੁਹਾਡਾ ਤੁਹਾਡਾ ਪੰਡੀ ਪ੍ਰਚਾਰ ਤੇ ਹੋ ਹੀ ਹੋਊਗਾ ਤੁਸੀਂ ਪਹਿਲੇ ਦਿਨੀ ਇਹ ਤੋਹਫਾ ਕਿਹੜਾ ਦੇ ਰਹੇ ਆ ਤੇ ਇਹ ਇਹ ਵੀ ਆ ਜਿਹੜਾ ਸਾਡੇ ਪੰਜਾਬ ਦੀ ਜਿਹੜਾ ਬਿਜਲੀ ਬੋਰਡ ਵਾਲਿਆਂ ਨੇ ਇਹਨਾਂ ਨੇ ਰਲ ਕੇ ਪੰਜਾਬ ਗਵਰਨਮੈਂਟ ਨੇ ਇਹ ਫੈਸਲਾ ਕੀਤਾ ਆ ਕਿ 36 ਪੈਸੇ ਜਿਹੜਾ ਆ ਉਹ ਪਰ ਯੂਨਿਟ ਬਹੁਤ ਜ਼ਿਆਦਾ ਹੈ ਜਿਹੜੇ ਪੰਜਾਬ ਦੇ ਬਿਜਲੀ ਦਾ ਇਹ ਬੜਾ ਦੁਰਪਾਗ ਹੈ ਮੰਦਪਾਗਾ ਹੈਗਾ ਆ ਜਿਹੜੇ ਇਹ ਇਹਦੇ ਵਿੱਚ ਇਸ ਕਰਕੇ ਕਿਉਂਕਿ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਲਾਏ ਗਏ ਜਦੋਂ ਅਕਾਲੀ ਦਲ ਵੇਲੇ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਖਰਚੇ ਇਸ ਕਿਸਮ ਦੇ ਰੱਖੇਗੇ ਕਿ ਜਿਹੜੇ ਸਰਕਾਰ ਪੂਰੇ ਕਰੂਗੀ ਜਿਵੇਂ ਹੁਣ ਕੋਲੇ ਨੂੰ ਧੋਣ ਦਾ ਵਾਸ਼ਿੰਗ ਦਾ ਜਿਹੜਾ ਆ ਉਹਦੇ ਦਾ ਫਿਰ ਉਹਦਾ ਟਰਾਂਸਪੋਰਟ ਦਾ ਹੋਰ ਦਾ ਇਹ ਕੁੱਲ ਮਿਲਾ ਕੇ ਜਾਨੀ 450 ਤੋਂ 500 ਕਰੋੜ ਦੇ ਵਿੱਚ ਵਿੱਚ ਖਰਚਾ ਜਿਹੜਾ ਹਰ ਸਾਲ ਦਾ ਇਹ ਆਉਣ ਵਾਲੇ ਸਮੇਂ ਚ ਲਗਾਤਾਰ ਹੀ ਪੈਂਦੇ ਰਹਿਣਾ ਹੁਣ ਜਿਹੜਾ ਕਿਉਂਕਿ ਕੋਰਟ ਚ ਕੇਸ ਚੱਲ ਰਿਹਾ ਸੀ ਹਾਰ ਗਏ ਤੇ ਸੱڈنਲੀ 1490 ਕਰੋੜ ਦਾ ਪੰਜਾਬ ਦੇ ਉੱਤੇ ਪੈ ਗਿਆ ਤੇ ਇਹ ਜਿਹੜੇ ਪੈਸੇ ਵਧਿਆ ਕਿਤੇ ਘਟਣ ਵਾਲੇ ਨਹੀਂ ਹੈ ਇਹਨਾਂ ਨੇ ਸਾਰੇ ਤੇ ਸਾਰੇ ਪੈਸੇ ਜਿਹੜੇ ਹੌਲੀ ਹੌਲੀ ਚਾਰਜ ਕਰਨੇ ਆ سوالیہ ਕੇ پتہ ਨਹੀਂ ਕਿਉਂ ਨਹੀਂ ਸਰਕਾਰ ਨੂੰ ਚਾਹੀਦਾ ਸੀਗਾ ਕਿ ਕੋਰਟਾਂ ਦੇ ਚੱਕਰ ਚ ਪੈਣ ਕਰਕੇ ਪੈਣ ਦੀ ਜਗਾ ਸਿੱਧਾ ਸਿੱਧਾ ਤੁਸੀਂ ਆਪਣਾ ਅਸੈਂਬਲੀ ਚ ਜਾਓ ਤੇ ਉੱਥੇ ਜਾ ਕੇ ਆਪਣਾ ਰੈਜ਼ੋਲੂਸ਼ਨ ਪਾਸ ਕਰਕੇ ਇਹ ਜਿਹੜੇ ਵਾਅਦੇ ਆ ਇਹਨਾਂ ਤੋਂ 25 ਸਾਲ ਦੀ ਵਾਅਦੇ ਆ ਥੋੜੇ ਨਹੀਂ ਆਉਣ ਵਾਲਾ ਜਣੀ 25 ਸਾਲ ਦਾ ਪਵੇਖੇ ਪੂਰੀ ਜਨਰੇਸ਼ਨ ਜਿਹੜੀ ਆ ਨਿਕਲ ਜਾਂਦੀ 25 ਸਾਲਾਂ ਚ ਤੁਸੀਂ ਉਹ ਗਿਰਵੀ ਰੱਖਤਾ ਇਹ ਬੜੇ ਮਤਲਬ ਮੈਨੂੰ ਲੱਗਦਾ ਕਿ ਇਹੋ ਜਿਹੇ ਫੈਸਲੇ ਕਰਨੇ ਨਹੀਂ ਸੀ ਚਾਹੀਦੇ ਪ੍ਰਾਈਵੇਟ ਸੈਕਟਰ ਉਹਦਾ ਨਤੀਜਾ ਨਤੀਜਾ ਇਹ ਨਹੀਂ ਕੱਲ ਰਿਹਾ ਬਿਜਲੀ ਬਾਰੇ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਹਰ ਘਰ ਚ ਜੇ ਮੇ ਰੋਟੀ ਜ਼ਰੂਰੀ ਜਿਵੇਂ ਹਵਾ ਜ਼ਰੂਰੀ ਪਾਣੀ ਜ਼ਰੂਰੀ ਬਿਜਲੀ ਵੀ ਓਨੀ ਹੀ ਜ਼ਰੂਰੀ ਬਲਕੇ ਪੰਜਾਬ ਵਿੱਚ ਪਹਿਲਾਂ ਹੀ ਜੋ ਰੇਟ ਜ਼ਿਆਦਾ ਨੇ ਬਾਕੀ ਸਟੇਟਸ ਦੇ ਕੰਪੈਰੀਟਿਵ ਉਹਦਾ ਕਾਰਨ ਇਹ ਵੀ ਹੈਗਾ ਨਾ ਕਿ ਮਾਰਕੀਟ 'ਚ ਰੇਟ ਬੜੀ ਜਿਹੜੇ ਆ ਬਿਜਲੀ ਦੇ ਸਸਤੇ ਆ ਪਰ ਤੁਸੀਂ ਮਾਰਕੀਟ 'ਚੋਂ ਹਰਜੋਤ ਖਰੀਦ ਨਹੀਂ ਸਕਦੇ ਕਿਉਂਕਿ ਇਹਨਾਂ ਨੂੰ ਜੇ ਆਪਣੇ ਖੜੇ ਵੀ ਕਰ ਦੇਣ ਯੂਨਿਟ ਜਿਹੜੇ ਤਿੰਨੇ ਪ੍ਰਾਈਵੇਟ ਤੇ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਕਿ ਅਸੀਂ ਐਸ ਰੇਟ ਦੇ ਉੱਤੇ 3 ਜਾਂ 4 ਰੁਪਏ ਪਰ ਯੂਨਿਟ ਤੁਹਾਨੂੰ ਦੇਣੇ ਬੈਣਗੇ ਸਾਨੂੰ ਇਸ ਕਰਕੇ ਜੇ ਤੁਸੀਂ ਵਾਅਦਾ ਹੀ ਇਹੋ ਜੇ ਕਰ ਲਏ ਵੀ ਉਹਨਾਂ ਦੀਆਂ ਖੜੀਆਂ ਮਸ਼ੀਨਾਂ ਦਾ ਵੀ ਖਰਚਾ ਅਸੀਂ ਚੁੱਕਣਾ ਆ ਉਹਦੇ ਨਾਲ ਹੋ ਕੀ ਰਿਹਾ ਕਿ ਜਿਹੜੇ ਗਵਰਨਮੈਂਟ ਦੇ ਯੂਨਿਟ ਆ ਉਹ ਬੰਦ ਪਏ ਆ ਔਰ ਜਿਹੜੇ ਪ੍ਰਾਈਵੇਟ ਤੋਂ ਅਸੀਂ ਇਸ ਕਰਕੇ ਖਰੀਦ ਰਹੇ ਹਾਂ ਸਰਤੀਆਂ ਨੂੰ ਜਿਹੜੀ ਘੱਟ ਵੈਸੇ ਲੋਡ ਹੁੰਦੀ ਹੈ ਬਿਜਲੀ ਦੀ ਤਾਂ ਕਿਉਂਕਿ ਨਹੀਂ ਤੇ ਸਾਨੂੰ ਖਰਚਾ ਜ਼ਿਆਦਾ ਪੈਂਦਾ ਇਸ ਕਰਕੇ ਇਹ ਵਾਅਦੇ ਤੇ ਜਿਹੜੇ ਪ੍ਰਾਈਵੇਟ ਯੂਨਿਟਾਂ ਨਾਲ ਕੀਤੇ ਗਏ ਆ ਵੇ ਦੌਰ ਦੇ ਇਹ ਪਿਛਲੀ ਸਰਕਾਰ ਵੇਲੇ ਅਕਾਲੀ ਦਲ ਵੇਲੇ ਕੀਤੇ ਗਏ ਸੀ ਇਹਦੇ ਬਾਰੇ ਜੇ ਰਿਵਿਊ ਕਰਨ ਦੀ ਬੜੀ ਲੋੜ ਹੈ ਇਹਦੇ ਨਾਲ ਸਾਡੇ ਆਪਣੇ ਯੂਨਿਟ ਹਨ ਭਾਵੇਂ ਹਾਈਡਲ ਬਿਜਲੀ ਆ ਜਾਂ ਦੂਜੀ ਹੈ ਜਿਹੜੀ ਥਰਮਲ ਵਾਲੀ ਸਾਡੀ ਇਹ ਪੰਜਾਬ ਦੇ ਵਿੱਚ ਗਵਰਨਮੈਂਟ ਦੇ ਯੂਨਿਟ ਹੈ ਉਹਨਾਂ ਨੂੰ ਬੜਾ ਜ਼ਿਆਦਾ ਕਸਾਰਾ ਲੰਗ ਰਿਹਾ। ਰਹੀ ਗੱਲ ਜਿਹੜੀ ਗੈਸ ਦੀ ਜਾਂ ਹੋਰ ਨਾਂ ਦੀ ਗੈਸ ਤੇ ਤੁਹਾਨੂੰ ਪਤਾ ਹੀ ਉਹਨਾਂ ਨੇ ਮਹਿੰਗੀ ਕਰਨੀ ਕਰਨੀ ਹੈ ਰਿਲਾਇੰਸ ਹੋਣੀ। ਤੁਹਾਨੂੰ ਪਤਾ ਅੰਬਾਨੀ, ਅਦਾਨੀ ਇਹ ਦੋ ਹੀ ਤੇ ਮੋਦੀ ਜੀ ਤੇ ਦੋ ਜਿਹੜੇ ਮੁੱਖ ਚੇਲੇ ਹੈਗੇ ਆ ਜਾਂ ਕਹਿ ਲਓ ਕਿ ਮੋਦੀ ਜੀ ਇਹਨਾਂ ਦੇ ਮੋਦੀ ਔਰ ਰਮਨਦਸ਼ਾ ਇਹਨਾਂ ਦੇ ਚੇਲੇ ਆ। ਜਾਨੀ ਇੰਝ ਹੀ ਕਹਿ ਲਓ ਕਿਉਂਕਿ ਸਾਰਾ ਇਹ ਗੁਜਰਾਤ ਮਾਡਲ ਆ, ਇਹ ਗੁਜਰਾਤੀ ਹੈਗੇ ਆ ਦੋ ਦੋ ਲੀਡਰ ਰਾਜਨੀਤੀ ਵਿੱਚ ਤੇ ਦੋ ਲੀਡਰ ਜਿਹੜੇ ਆ ਅਰਥਵਿਵਸਥਾ ਵਿੱਚ ਇਹ ਸਾਰੇ ਦੇਸ਼ ਦੀ ਗੁੱਡੀ ਕਮਾਈ ਫਿਰਦੇ ਆ ਇਸ ਵੇਲੇ ਤੇ ਇਹ ਆ ਤੁਹਾਡਾ ਗਜਰਾਤ ਮਾਡਲ ਸਾਨੂੰ ਉਦੋਂ ਨਹੀਂ ਸੀ ਸਮਝ ਪੈਂਦਾ ਕਿ ਗਜਰਾਤ ਮਾਡਲ ਜਦੋਂ ਕਹਿੰਦੇ ਕੀ ਹੋਊਗਾ ਜੀ ਜੀ ਹਾਂ ਓਏ ਇਹਨੇ ਅਤੇ ਦੂਜਾ ਵੀ ਪਾਰਟ ਜਿਹੜਾ ਪਾਰਟ 2 ਜਿਹੜਾ ਗੁਜਰਾਤ ਮਾਡਲ ਦਾ ਗੋਦਰਾ ਵਾਲਾ ਉਹ ਹੁਣ ਯੂਪੀ ਦੇ ਵਿੱਚ ਲਾਂਚ ਹੋ ਚੁੱਕਾ ਹੈ ਤੇ ਵੱਡੇ ਪੱਧਰ ਤੇ ਉਹਦੇ ਜਿਹੜੇ ਅਸਰ ਸਾਹਮਣੇ ਨਜ਼ਰ ਆ ਰਹੇ ਆ ਹਰ ਜੋ ਬਿਲਕੁਲ ਸਹੀ ਕਿਹਾ ਤੁਸੀਂ ਵੈਸੇ ਗੱਲ ਇਹ ਦੇਖਣ ਵਾਲੀ ਹੈ ਕਿ ਪਹਿਲਾਂ ਹੀ ਜਦੋਂ ਪਿਆਜ਼ ਮਹਿੰਗਾ ਹੋਇਆ ਹਰ ਘਰ ਦੇ ਵਿੱਚ ਜੋ ਹੈ ਦੇਖਣ ਨੂੰ ਅਸਰ ਮਿਲ ਰਿਹਾ ਤੇ ਜੇ ਹੁਣੇ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਫਿਰ ਹੋਰ ਮਹਿੰਗੀਆਂ ਹੋ ਜਾਣਗੀਆਂ ਤਾਂ ਆਮ ਲੋਕਾਂ ਦਾ ਜੋ ਜਨ ਜੀਵਨ ਹੈ ਅਸਤਵਿਅਸਤ ਜ਼ਰੂਰ ਹੋ ਜਾਏਗਾ ਬਜਾਏ ਇਸੇ ਉਹਨਾਂ ਚੀਜ਼ਾਂ ਨੂੰ ਜ਼ਰੂਰ ਮਹਿੰਗਾ ਕਰ ਦੇਣਾ ਚਾਹੀਦਾ ਸੀ ਜੋ ਲਗਜ਼ਰੀ ਹੁੰਦੀਆਂ ਉਹਨਾਂ ਤੇ ਅਗਰ ਕੋਈ ਭ ਨੇ ਘਰੇਲੂ ਰਸੋਈ ਗੈਸ ਮਹਿੰਗੀ ਕਰਨੀ ਬਿਜਲੀ ਦੇ ਰੇਟ ਵਧਾ ਦੇਣੇ ਇਹ ਬਿਲਕੁਲ ਨਜਾਇਜ਼ ਲੱਗਦਾ ਦੇਖੋ ਕਿਡੀਆਂ ਕਿਡੀਆਂ ਵੱਡੀਆਂ ਸਗੂਫੇ ਛੱਡਦੇ ਆ ਗਰਮਲਾ ਸੀ타 ਰਾਮਨ ਸਾਡੇ ਫਾਈਨੈਂਸ ਮਿਨਿਸਟਰ ਬੜਾ ਚਿਹਰਾ ਜਿਹੜਾ ਚਿਹਰਾ ਉਹਨਾਂ ਦਾ ਨਾ ਉੱਤਰਿਆ ਰਹਿਂਦਾ ਮੈਨੂੰ ਦੁੱਖ ਵੀ ਹੁੰਦਾ ਆ ਜੀ ਕੀ ਰਾ ਉਤਰਨਾ ਹੀ ਆ ਕਿਉਂਕਿ ਤੁਸੀਂ ਇਕਨੋਮਿਕਸ ਪੜ੍ਹੀ ਹੋਈ ਆ ਉਹ ਵੀ ਜੀਐਨਯੂ ਚ ਪੜ੍ਹੀ ਹੋਈ ਆ ਪਰ ਉਹਦੇ باوجود ਵੀ ਕੋਈ ਸੂਤਰ ਤੁਹਾਡੇ ਆ ਹੀ ਨਹੀਂ ਰਿਹਾ ਤੇ ਐਡਾ ਸਾਰਾ ਸਕੂਫਾ ਛੱਡਤਾ ਕਿ 102 ਲੱਖ ਕਰੋੜ ਦੀ ਅਸੀਂ ਇਨਵੈਸਟਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਕਰ ਰਹੇ ਆ ਇਨਫਰਾਸਟ੍ਰਕਚਰ ਤੇ ਕਿਨੂੰ ਅਡਰੈਸ ਉਹ ਦੇਸ਼ ਦੇ ਗੰਡੇ ਪਿਆਜ ਨੂੰ ਅਡਰੈਸ ਨਹੀਂ ਹੈ ਗੱਲ ਉਹ ਤਾਂ ਗੰਡੇ ਪਿਆਜ ਦਾ ਕੋਈ ਲੈਣਾ ਦੇਣਾ ਨਹੀਂ ਉਹ ਜਿਹੜੇ ਕਾਰਪੋਰੇਟ ਇਹੜੇ ਤੇ ਆਪਣਾ ਪੈਸਾ ਬਾਹਰ ਲਿਜਾ ਰਹੇ ਆ ਭੀ ਇਹ ਤੇ ਲੱਗੇ ਦੇਸ਼ ਨੂੰ ਅੱਗ ਲਾਉਣ ਇੱਥੇ ਤੇ ਆਫਰਾਤਾ ਫਰੀ ਮੱਛੀ ਆ ਇੱਥੇ ਤੇ ਪਤਾ ਹੀ ਨਹੀਂ ਕਿ ਕੱਲ ਨੂੰ ਇੱਥੇ ਕੀ ਹੋ ਜਾਊਗਾ ਸੇ ਤੱਕ ਲੱਗ ਗਿਆ ਤੇ ਉਸ ਸਾਰੀ ਗੱਲ ਦਾ ਜਿਹੜਾ ਉਸ ਨੂੰ ਅਡਰੈਸ ਕਰ ਰਿਹਾ ਕਿ ਨਹੀਂ 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 ਐਸੀ ਤੁਹਾਡੇ ਲਈ ਉਹ ਸੂਰਤਾਂ ਪੈਦਾ ਕਰਨ ਵਾਲਿਆ 102 ਲੱਖ ਕਰੋੜ ਰੁਪਇਆ ਹੁੰਦਾ ਕਿੰਨਾ ਅੰਦਾਜ਼ਾ ਤੇ ਲਾਓ ਤੁਸੀਂ ਜਾਨੀ 5 ਸਾਲਾਂ ਦੇ ਵਿੱਚ ਭਾਵੇਂ ਲਾਉਣ ਦਾ ਵਾਅਦਾ ਕਰ ਰਿਹਾ ਉਹ ਮੈਨੂੰ ਲੱਗਦਾ ਨਹੀਂ ਹੈ ਕਿ ਜਿਨ੍ਹਾਂ ਨੂੰ ਇਹ ਬੇਟਿੰਗ ਕਹਿੰਦੇ ਆ ਜਿਨ੍ਹਾਂ ਨੂੰ ਦਾਣਾ ਪਾ ਰਿਹਾ ਉਹ ਆ ਕੇ ਚੁਗਣਗੇ ਜੀ 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 ਬਿਲਕੁਲ ਸਹੀ ਕਿਹਾ ਤੁਸੀਂ ਜਿਵੇਂ ਕਿ ਤੁਸੀਂ ਕਿਹਾ ਕਿ ਵੀ ਜੋ ਸੇਕ ਬੰਗਲਾਦੇਸ਼ ਤੱਕ ਲੱਗ ਰਿਹਾ ਉਸ ਦੀ ਵੀ ਅਗਰ ਆਪਾਂ ਗੱਲ ਕਰ ਲਈਏ ਵੀ ਸੀ ਇਹ ਦੇ ਕਰਕੇ ਜੋ ਉੱਥੇ ਆਸ-ਪਾਸ ਬਾਰਡਰ ਏਰੀਆ ਦੇ ਨਾਲ ਸਾਡਾ ਏਰੀਆ ਪੈਂਦਾ ਉੱਥੇ ਦੀ ਜੋ ਮੋਬਾਈਲ ਇੰਟਰਨੈਟ ਸੇਵਾਵਾਂ ਉਹ ਬੰਦ ਹੋ ਗਈਆਂ ਨੇ ਤੇ ਇਸ ਨਾਲ ਬਹੁਤ ਜ਼ਿਆਦਾ ਫਰਕ ਪਿਆ ਇੱਧਰ ਠੀਕ ਹੈ ਹਰਜੋਤ ਪਹਿਲਾਂ ਵੀ ਦੇਖੋ ਹਾਲਾਂਕਿ ਸਾਡੇ ਉਹਨਾਂ ਨਾਲ ਬੜੇ ਚੰਗੇ ਰਿਲੇਸ਼ਨ ਹੈਗੇ ਬੰਗਲਾਦੇਸ਼ ਨਾਲ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਇੰਡੀਅਨ ਆਰਮੀ ਦਾ ਬਹੁਤ ਜ਼ਿਆਦਾ ਕੱਤਰ ਦੇ ਵਿੱਚ ਹਿੱਸਾ ਹੈਗਾ ਤੋ ਇਸ ਗੱਲ ਹੀ ਉਹ ਰਿਣੀ ਵੀ ਸਮਝਦੇ ਹੈਗੇ ਤੇ ਉਥੇ ਦਾ ਬਾਰਡਰ ਇੰਨਾ ਸਟ੍ਰਿਕਟ ਜਿ ਤਰ੍ਹਾਂ ਪਾਕਿਸਤਾਨ ਦਾ ਸਾਡਾ ਹੈਗਾ ਉਹ ਜਿਆ ਹੈ ਵੀ ਨਹੀਂ ਪਰ ਜਿਹੜੇ ਹੁਣ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਡਵੈਲਪਮੈਂਟ ਆ ਪਿੱਛੇ ਤਿੰਨ ਚਾਰ ਮਹੀਨੇ ਤੋਂ ਲਗਾਤਾਰ ਵਧ ਰਹੀਆਂ ਟੈਨਸ਼ਨ ਵਧ ਰਹੀ ਆ ਐਨ ਆਰ ਸੀ ਨੂੰ ਲੈ ਕੇ ਫਿਰ ਜਿਹੜੇ ਪੋਪੂਲੇਸ਼ਨ ਰਜਿਸਟਰ ਜਿਹੜਾ ਨੈਸ਼ਨਲ ਪੋਪੂਲੇਸ਼ਨ ਐਨ ਪੀ ਆਰ ਨੂੰ ਲੈ ਕੇ ਜਾਂ ਸੀਏ ਜਿਹੜਾ ਐਕਟ ਬਣਾਇਆ ਸਿਟੀਜ਼ਨਸ਼ਿਪ ਵਾਲਾ ਇਹ ਸਾਰੀਆਂ ਗੱਲਾਂ ਲੈ ਕੇ ਇਹਦਾ ਸੇਕ ਉਥੇ ਵੀ ਪਹੁੰਚਿਆ ਆ ਉਹ ਸੇਕ ਦੇ ਨਾਲ ਅੰਦਾਜ਼ੇ ਨਾਲ ਹੋਇਆ ਇਹ ਆ ਕਿ ਉਹਨਾਂ ਨੇ ਜਿਹੜੀਆਂ ਵੀ ਇੰਟਰਨੈਟ ਸਰਵਿਸਿਜ਼ ਬਾਰਡਰ ਦੇ ਨਾਲ ਲੱਗਦੀਆਂ ਜੀ 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 ਯਾਰ ਕਿਲੋਮੀਟਰ ਤੋਂ ਵੱਧ ਸਾਡਾ ਬਾਰਡਰ ਬੰਗਲਾਦੇਸ਼ ਨਾਲ ਲੱਗਦਾ ਥੋੜਾ ਨਹੀਂ ਹੁੰਦਾ 4000 ਕਿਲੋਮੀਟਰ ਮੈਜਿਨ ਕਰੋ ਤਾਂ ਉਸ ਤੋਂ ਵੱਧ ਬਾਰਡਰ ਉਹ ਸਾਰੇ ਦੇ ਸਾਰੇ ਬਾਰਡਰ ਏਰੀਆ ਦੇ ਵਿੱਚ ਜਿਹੜੇ ਸਾਡੇ ਲੋਕ ਸਰਵਿਸਿਜ਼ ਇੰਟਰਨੈਟ ਦੀਆਂ ਬੰਗਲਾਦੇਸ਼ ਵਾਲੀਆਂ ਹੋਰ ਵਰਤਦੇ ਸੀ ਉਹਨਾਂ ਦੀ 1 ਕਰੋੜ ਲੋਕ ਜਿਹੜੇ ਐ ਅਫੈਕਟ ਹੋਏ ਆ ਤੇ ਉਹ ਸਾਰਿਆਂ ਦੇ ਨੇਚਰਲੀ ਕੁਦਰਤੀ ਪੈਸੇ ਭਰੇ ਹੋਏ ਆ ਪਰ ਹੁਣ ਜਿਹੜਾ ਫੋਨ ਜਦੋਂ ਕੁਝ ਉਹਨੂੰ ਕਰਦੇ ਆ ਤੇ ਟੂ ਕਰਕੇ ਬੰਦ ਹੁੰਦਾ ਇਸ ਕਰਕੇ ਇਸ ਕਰਕੇ ਇਹ ਬੜੀ ਅਫਸੋਸ ਵਾਲੀ ਗੱਲ ਹੈ ਕਿ ਸਾਨੂੰ ਮੈਂ ਮੈਂ ਇਹਦੇ ਹਮੇਸ਼ਾ ਇਸ ਗੱਲ ਦਾ ਤਾਰਨੀ ਹੈ ਕਿ ਜਿੱਥੇ ਵੀ ਅਸੀਂ ਸਾਊਥ ਏਸ਼ੀਆ ਦੇ ਵਿੱਚ ਬੈਠੇ ਹਾਂ ਅਫਗਾਨਿਸਤਾਨ ਤੋਂ ਲੱਗ ਕੇ ਜਿਹੜੇ ਛੋਟੇ ਛੋਟੇ ਕੰਟਰੀ ਹੈਗੀਆਂ ਹੋਰ ਜੀ ਇਨਕਲੂਡਿੰਗ ਚਾਈਨਾ ਸਾਨੂੰ ਸਾਰਿਆਂ ਨੂੰ ਇੱਕ ਗਰੁੱਪ ਦੇ ਤੌਰ ਤੇ ਵਿਚਰਨਾ ਚਾਹੀਦਾ ਜਿਵੇਂ ਯੂਰਪ ਇੱਕ ਗਰੁੱਪ ਯੂਰਪੀਅਨ ਯੂਨਿਟੀ ਜਿਹੜੇ ਯੂਨੀਅਨ ਵਰਤਦੀ ਹੈ ਪਰ ਸਾਡੇ ਪਤਾ ਨਹੀਂ ਕੀ ਸੋਚ ਬਣੀ ਹੋਈਆਂ ਕਿੱਦਣ ਨੂੰ ਅਸੀਂ ਜਾਣੇ ਹਾਂ ਅਸੀਂ ਹਰ ਇੱਕ ਦੇ ਨਾਲ ਥੋੜਾ ਬਹੁਤ ਪੰਗਾ ਲੈ ਕੇ ਜਿਆਦਾ ਖੁਸ਼ ਹੁੰਦੇ ਹਾਂ ਨਾ ਕਿ ਦੋਸਤੀ ਦਾ ਹੱਥ ਵਧਾ ਕੇ ਦੋਸਤੀ ਏ ਏ ਦੇ ਜੋ ਫਾਇਦੇ ਹੁੰਦੇ ਆ ਤੁਹਾਡਾ ਬਹੁਤ ਸਾਰਾ ਡਿਫੈਂਸ ਬਜਟ ਕੱਟ ਜਾਂਦਾ ਉਹ ਤੁਸੀਂ ਛੱਡ ਕੇ ਆਪਣਾ ਹੋਰ ਵਿਕਾਸ ਵੱਲ ਲਾ ਸਕਦੇ ਆ এমਪਲॉयਮੈਂਟ ਵੱਲ ਲਾ ਸਕਦੇ ਆ ਬਹੁਤ ਸਾਰੇ ਚੀਜ਼ਾਂ ਫਿਰ ਜਿਹੜੇ ਨਿਰਮਲਾ ਸੀ타 ਰਾਮਨ ਖੈਰਈ ਹੈ ਕਿ ਅਸੀਂ 102 ਲੱਖ ਕਰੋੜ ਰੁਪਈਆ ਜਿਹੜਾ ਆ ਉਹ ਲਾਵਾਂਗੇ ਇਹ ਇਹ ਲੱਗ ਸਕਦਾ ਹੈ ਫਿਰ ਉਹਦੇ ਚ ਸਪੇਅਰ ਹੋ ਸਕਦਾ ਪਰ ਜੇ ਤੁਸੀਂ ਲੜਾਈਆਂ ਕਰੋਗੇ ਤਾਂ ਫਿਰ ਤੁਹਾਡੇ ਰਫਾਲ ਜ਼ਿਆਦਾ ਖਰੀਦਣਗੇ ਹੈ ਤੇ ਗੋਲੇ ਵਿਰੁੱਧ ਜ਼ਿਆਦਾ ਖਰੀਦਣਗੇ ਪਰthia ਫੌਜ ਵਿੱਚ ਜ਼ਿਆਦਾ ਹੋਣਗੀਆਂ ਤੇ ਘਰੇਲੂ ਸਰਵਿਸਿਜ਼ ਵਿੱਚ ਘੱਟ ਇਕੱਠ ਹੋਣਗੀਆਂ ਬਿਲਕੁਲ ਸਹੀ ਕਿਹਾ ਤੁਸੀਂ ਚਾਹੇ ਬੰਗਲਾਦੇਸ਼ ਦਾ ਹੈ ਕਹਿਣਾ ਕਿ ਸਿਕਿਉਰਿਟੀ ਰੀਜ਼ਨਸ ਕਰਕੇ ਉਹਨਾਂ ਨੇ ਆਪਣੇ ਜੋ ਮੋਬਾਈਲ ਨੈਟਵਰਕਸ ਜਾਂ ਇਸ ਹਵਾਮਾ ਬੰਦ ਕੀਤੀਆਂ ਨੇ ਪਰ ਇਹ ਅਸੀਂ ਕਹਿ ਸਕਦੇ ਹਾਂ ਕਿ ਜੋ ਸਾਡੇ ਦੇਸ਼ ਵਿੱਚ ਹਾਲਾਤ ਚੱਲ ਰਹੇ ਨੇ ਉਹਨਾਂ ਦਾ ਅਸਰ ਕਿਤੇ ਨਾ ਕਿਤੇ ਸਾਡੇ ਗੁਆਂਢੀ ਦੇਸ਼ਾਂ ਵੱਲੋਂ ਵੀ ਸਾਡੇ ਨਾਲ ਜੋ ਬਿਹੇਵੀਅਰ ਹੈ ਉਸ ਦੇ ਵਿੱਚ ਹੁਣ ਨਜ਼ਰ ਆਣਾ ਸ਼ੁਰੂ ਹੋ ਗਿਆ ਸੋ ਅਗਰ ਅ ਮੀਰ ਦੀ ਤਾਂ ਉੱਥੇ ਹੁਣ SMS ਸੇਵਾ ਜੋ 150 ਦਿਨਾਂ ਬਾਅਦ ਸ਼ੁਰੂ ਕਰ ਦਿੱਤੀ ਗਈ ਹੈ ਨਾ ਦੇ ਨਾਲ ਜੋ ਇੰਟਰਨੈਟ ਸੇਵਾ ਹੈ ਉਹ ਹਸਪਤਾਲਸਾਂ ਕਲੇ ਬ੍ਰੌਡਬੈਂਡ ਇੰਟਰਨੈਟ ਜੋ ਹੈ ਹਸਪਤਾਲਸ ਵਿੱਚ ਸ਼ੁਰੂ ਕੀਤਾ ਗਿਆ ਲੇਕਿਨ ਫਾਈਨਲੀ ਜੋ ਹੈ SMS ਸੇਵਾ ਜੋ ਹੈ 150 ਦਿਨਾਂ ਬਾਅਦ ਆਮ ਲੋਕਾਂ ਲਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਇਮੇਜਿਨ ਕਰੋ ਸਾਡੇ ਕੋਲ ਇੱਕ ਦਿਨੇ ਇਹ ਸੇਵਾ ਬੰਦ ਹੋਵੇ ਪਾਉਂ ਉਹ ਇੰਟਰਨੈਟ ਹੈਗਾ ਆ ਪਾਉਂ SMS ਹੈਗਾ ਉੱਥੇ ਤਾਂ ਫੋਨ ਬੜੇ ਦਿਨ ਬੰਦ ਰਹੇ ਫਿਰ ਫੋਨ ਵੀ ਫਿਰ ਲੈਂਡਲਾਈਨ ਖੋਲਿਆ ਫਿਰ ਲਿਮਟਿਡ ਖੋਲਿਆ ਪਹਿਲਾਂ ਲੈਂਡਲਾਈਨ ਵੀ ਸਾਰਿਆਂ ਦਾ ਨਹੀਂ ਖੋਲਿਆ ਉਹ ਕਿਤੇ ਸੇਵਾ ਸੈਂਟਰਾਂ 'ਚ ਖੋਲਿਆ ਉਹ ਇਹ ਇੱਕ ਕਿਸਮ ਦਾ ਦੇਖੋ ਰੋਟੀ ਪਾਣੀ ਸਾਡੀਆਂ ਸਿਵਲ ਲਿਬਰਟੀਆਂ ਦਾ ਹੋਰ ਗੱਲ ਹੈ ਪਰ ਰਾਈਟ ਟੂ ਇਨਫੋਰਮੇਸ਼ਨ ਔਰ ਰਾਈਟ ਟੂ ਸਪੀਕ ਆਊਟ ਜਿਹੜਾ ਕਿ ਆਪਾਂ ਸਾਰੀ ਦੁਨੀਆ ਨੂੰ ਆਪਣੀ ਗੱਲ ਕਹਿ ਸਕੀਏ ਤੇ ਦੁਨੀਆ ਦੀ ਗੱਲ ਸੁਣ ਸਕੀਏ ਇਹ ਸਾਡੇ ਫੰਡਾਮੈਂਟਲ ਰਾਈਟ ਦੇ ਵਿੱਚ ਹੈ ਸੁਪਰੀਮ ਕੋਰਟ ਦੇ ਬੜੀ ਵਾਰੀ ਫੈਸਲੇ ਆਏ ਹੋਏ ਆ ਪਰ ਜੇ ਉਹਦੇ ਤੇ ਹਮਲਾ ਹੁੰਦਾ ਆ ਤਾਂ ਇਹ ਬੜੀ ਦੁੱਖ ਵਾਲੀ ਗੱਲ ਆ ਖਾਸ ਕਰ ਤੁਸੀਂ ਇਮੇਜਿਨ ਕਰੋ ਕਿ ਜਿਹੜਾ ਜੰਮੂ ਕਸ਼ਮੀਰ ਦੀ ਕਸ਼ਮੀਰ ਵੈਲੀ ਸੀਗੀ ਉਸ ਨੂੰ ਅਸੀਂ ਇੱਕ ਬਹਿਸ਼ਤ ਕਹਿੰਦੇ ਸੀ ਬਹੁਤ ਸਾਰੀਆਂ ਫਿਲਮਾਂ ਸਾਡੀਆਂ ਉੱਥੇ ਫਿਲਮਾਈਆਂ ਜਾਂਦੀਆਂ ਸੀ ਕਿਉਂਕਿ ਸੁੰਦਰ ਬਹੁਤ ਆਏ ਵਾਦੀਏ ਕਸ਼ਮੀਰ ਦੀ ਹੈ ਜੰਨਤ ਦਾ ਨਜ਼ਾਰਾ ਇਹ ਸਾਡੇ ਫਿਲਮੀ ਗਾਣੇ ਉਦੋਂ ਜਦੋਂ ਬਣ ਕੇ ਆਉਂਦੇ ਸੀ ਉਸ ਜੰਨਤ ਦੇ ਨਜ਼ਾਰੇ ਨੂੰ ਬੜਾ ਦਿਲ ਦੁਖੀ ਹੋ ਕੇ ਅਸੀਂ ਕਹਿ ਨਹੀਂ ਆ ਕਿ ਅਸੀਂ ਇੱਕ ਜੇਲ੍ਹ ਦੇ ਵਿੱਚ ਇਸ ਵੇਲੇ ਬਦਲ ਕੇ ਰੱਖ ਦਿੱਤਾ ਇਹ ਬੜੀ ਚੰਗੀ ਗੱਲ ਆ ਬਹੁਤ ਹੀ ਵੱਡੀ ਜਿਹੜੀ ਅੱਜ ਇਸ ਨਵੇਂ ਸਾਲ ਦੀ ਸਭ ਤੋਂ ਵੱਡੀ ਖਬਰ ਇਹ ਆ ਕਿ ਕਸ਼ਮੀਰੀਆਂ ਲਈ ਜਿਹੜਾ ਐਸਐਮਐਸ ਖੁੱਲਿਆ ਆ ਪਰ ਇਸੇ ਤਰੀਕੇ ਦੇ ਨਾਲ ਜਿਹੜਾ ਬ੍ਰੌਡਬੈਂਡ ਹੈ ਸਿਰਫ ਹਸਪਤਾਲ ਦੇ ਵਿੱਚ ਜਿਵੇਂ ਉਹਨਾਂ ਨੇ ਐਕਸੈਸ ਕਰਨ ਲਈ ਦਿੱਖਿਆ ਆ ਤਾਂ ਮੈਂ ਇਥੇ ਦੱਸ ਦਿਆਂ ਕਿ ਉੱਥੇ ਦਿਲ ਦੇ 1200 ਡਾਕਟਰਾਂ ਨੇ ਇੱਕ ਸਾਂਝੀ ਟੀਮ ਬਣਾ ਕੇ ਇੱਕ ਐਪ ਬਣਾ ਕੇ ਇੱਕ ਦੂਜੇ ਦਾ ਕੋਆਰਡੀਨੇਸ਼ਨ ਸੀ ਉਹਦਾ ਉਹਨਾਂ ਨੇ ਕੋਈ ਹੈਲਦੀ ਹਾਰਟ ਕੋਈ ਇਹੋ ਜਿਹਾ ਨਾਮ ਵੀ ਰੱਖਿਆ ਹੋਇਆ ਸੀਗਾ ਜਿਹਦੇ ਰਾਹੀਂ ਕਿਸੇ ਵੀ ਹਿੱਸੇ ਚ ਰਿਮੋਟ ਏਰੀਆ ਚ ਵੀ ਕਿਸੇ ਨੂੰ ਦਿਲ ਦੀ ਅਚਾਨਕ ਦਿੱਕਤ ਆ ਜਾਏ ਉਹ ਉਥੋਂ ਉਹਦੇ ਰਾਹੀਂ ਉਸ ਐਪ ਰਾਹੀਂ ਜਿਹੜੀ ਇੰਟਰਨੈਟ ਨਹੀਂ ਦੇ ਬੇਤ ਤੇ ਚੱਲਦੀ ਸੀ ਉਹਨਾਂ ਲੋਕਾਂ ਦੀ ਇੱਕਦਮ ਤੁਰੰਤ ਮਦਦ ਕਰਦੇ ਸੀ ਉਹ ਸਾਰੇ ਦੀ ਸਾਰੀ ਪਿਛਲੇ ਪੰਜ ਮਹੀਨਿਆਂ ਤੋਂ ਉਠਾ ਪਿਆ ਬਹੁਤ ਸਾਰੇ ਲੋਕਾਂ ਨੂੰ ਉਹਦਾ ਉੱਥੇ ਮੈਡੀ ਕਲਦੇ ਤੌਰ ਤੇ ਹੈਲਥ ਦੇ ਤੌਰ ਤੇ ਉਤੇ ਨੁਕਸਾਨ ਹੋਇਆ ਹਰਜੋਤ ਹੂੰ ਹੂੰ ਇਹ ਗੱਲਾਂ ਪਰ ਪਰ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਹੋਣ ਵਾਲੀ ਸਰਕਾਰ ਆ ਉਹ ਕਾਫੀ ਇੱਕ ਵੈਂਡੇਟਾ ਹੈ ਜਨ ਜਿਹਦੇ ਵਿੱਚ ਬਦਲਾ ਖੋਰੀ ਹੁੰਦੀ ਹੈ ਵੀ ਇਹਨਾਂ ਨੇ ਸਾਡੇ ਤੇ ਜਿਹੜੇ ਇਸਲਾਮਿਕ ਲੋਕਾਂ ਨੇ 700 ਸਾਲ ਸਾਡੇ ਤੇ ਰਾਜ ਕੀਤਾ ਤੇ ਹੁਣ ਅਸੀਂ ਇਹਨਾਂ ਨੂੰ ਥੋੜੇ ਜੇ ਦੰਦ ਖੱਟੇ ਕਰਨੇ ਇਹ ਬੜੀ ਛੋਟੀ ਸੋਚ ਆ ਕਿਦੋਂ ਨੂੰ ਜਾਣੇ ਕਿਦੋਂ ਨੂੰ ਲੋਕਾਂ ਨੂੰ ਲੈ ਕੇ ਲੋਕ ਇਹਨਾਂ ਚੀਜ਼ਾਂ ਤੋਂ ਉੱਠ ਕੇ ਬਹੁਤ ਦੂਰ ਚਲੇ ਗਿਆ ਤੁਸੀਂ ਜਿੱਥੇ ਅੱਗੇ ਜਾ ਕੇ ਬਾਅਦ ਵਿੱਚ ਬੈਗ ਗੇਅਰ ਲਾ ਰਹੇ ਆ ਇਹਦੇ ਚੋਂ ਕੁਝ ਨਹੀਂ ਨਿਕਲੇਗਾ ਸਿਵਾਏ ਇਹ ਜਿਹੜੀ ਆ ਆਪਣੀ ਕਿਸਮ ਦੀ ਟਾਈਮ ਵੇਸ ਤੋਂ ਨਿਕਲੂਗਾ ਜਾਨ ਜਾਨ ਲੋਕਾਂ ਦੀਆਂ ਜਾਨਾਂ ਦਾ ਵੇਸ ਜਾਣਗੀਆਂ ਔਰ ਅਸੀਂ ਆਪਣੇ ਆਪ ਦੇ ਉੱਤੇ ਗਲੋਬਲੀ ਵੀ ਕਈ ਕਿਸਮ ਦੀ ਜਿਹੜੀ ਚਰਚਾ ਜਾਂ ਜਿਹੜੀ ਉਹਦੀ ਪਰਸਨਾ ਹੋਊਗੀ ਉਸ ਨੂੰ ਵੀ ਸਾਨੂੰ ਫੇਸ ਕਰਨਾ ਪਊਗਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਅਗਰ ਹੁਣ ਆਪਾਂ ਅੱਗੇ ਖਬਰ ਵੱਲ ਵਧੀਏ ਤਾਂ ਸਿੱਖਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਇਮੇਜ ਸਾਡੇ ਦੇਸ਼ ਦੇ ਵਿੱਚ ਹੁਣ ਰਹਿ ਰਹੀ ਹੈ ਕਿਸ ਤਰ੍ਹਾਂ ਦਾ ਵਤੀਰਾ ਸਿੱਖ ਕਮਿਊਨਿਟੀ ਨਾਲ ਹੋ ਰਿਹਾ ਉਸ ਦੇ ਨਾਲ ਹੀ ਰਿਲੇਟਡ ਕੁਝ ਖਬਰਾਂ ਨੇ ਸਾਰੇ ਜਾਣਦੇ ਨੇ ਕਿ ਯੂਪੀ ਦੇ ਵਿੱਚ ਇੱਕ ਨਗਰ ਕੀਰਤਨ ਦੇ ਦੌਰਾਨ ਜਦੋਂ ਚਾਹੇ ਉੱਥੇ ਤਾਂ 144 ਲੱਗੀ ਹੋਈ ਸੀ ਉਸ ਦੇ ਬਾਵਜੂਦ ਜਦੋਂ ਉੱਥੇ ਨਗਰ ਕਿਰਤਨ ਕੱਢਿਆ ਗਿਆ ਤਾਂ ਉੱਥੇ तकरीबन 50 ਤੋਂ 55 ਸਿੱਖਾਂ ਦੇ ਉੱਪਰ ਕੇਸ ਪਾ ਦਿੱਤਾ ਗਿਆ ਉਹਨਾਂ ਨੂੰ ਫੜ ਲਿਆ ਗਿਆ ਤੇ ਜਿਸ ਨੂੰ ਲੈ ਕੇ ਹੁਣ ਕੈਪਟਨ ਸਰਕਾਰ ਤੇ ਵੀ ਇੱਕ ਪ੍ਰੈਸ਼ਰ ਹੈ ਕਿ ਇਸ ਮੁੱਦੇ ਵਿੱਚ ਅੱਗੇ ਆਣ ਤੇ ਸਿੱਖਾਂ ਦੇ ਹੱਕ ਵਿੱਚ ਬੋਲਣ ਤੇ ਨਾਲ ਦੀ ਨਾਲ ਜੋ ਮੱਧ ਪ੍ਰਦੇਸ਼ ਦੀ ਵੀ ਇੱਕ ਖਬਰ ਐ ਸੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗੇ ਮੱਧ ਪ੍ਰਦੇਸ਼ ਵਿੱਚ ਸਰਕਾਰ ਨੇ ਆਬਾਦਕਾਰ ਸਿੱਖ ਉਜਾੜੇ ਨੇ ਦਰਜਨ ਸਿੱਖਾਂ ਦੇ ਘਟਾ ਆ ਦਿੱਤੇ ਆ ਤਾਂ ਅੰਦਾਜ਼ਾ ਜਿਏ ਕਿ ਇਹ ਉਹ ਸਿੱਖ ਨੇ ਜੋ ਪੰਜਾਬ ਅਤੇ ਹਰਿਆਣਾ ਤੋਂ 1984 ਤੋਂ ਪਹਿਲਾਂ ਉੱਥੇ ਪਹੁੰਚੇ ਸਨ ਉੱਪਰ ਉਹਨਾਂ ਦੀਆਂ ਰਜਿਸਟਰੀਆਂ ਨੇ ਉੱਥੇ ਜ਼ਮੀਨਾਂ ਨੇ ਤੇ ਜਿਸ ਦੇ ਉੱਪਰ ਉਹਨਾਂ ਦੇ ਜ਼ਬਰੀ ਤੌਰ ਤੇ ਉਹਨਾਂ ਦੇ ਘਰ ਹਟਾ ਦਿੱਤੇ ਗਏ ਨੇ ਤੇ ਉਹਨਾਂ ਨੂੰ ਜੋ ਹੈ ਜ਼ਮੀਨ ਦੇ ਉੱਪਰ ਵੀ ਕਬਜ਼ੇ ਕਰ ਲਏ ਗਏ ਨੇ ਤੁਹਾਨੂੰ ਇਹ ਹੁਣੇ ਹੀ ਪਤਾ ਹੈ ਕਿ ਪਿੱਛੇ ਜ ਆਉਂ Odisha ਦੇ ਵਿੱਚ ਗੁਰਦੁਆਰਿਆਂ ਦੀ ਖਬਰ ਆਈ ਸੀਗੀ ਪਹਿਲਾਂ ਉਹ ਡਾਂਗਮਰ ਗੁਰਦੁਆਰਾ ਸਾਹਿਬ ਦੀ ਗੱਲ ਚੱਲਦੀ ਰਹੀ ਹੈ ਇਹ ਥੋੜਾ ਥੋੜਾ ਪਹਿਲਾਂ ਨਾਲੋਂ ਜ਼ਿਆਦਾ ਹੋਇਆ ਤੁਹਾਨੂੰ ਪਤਾ ਸ਼ਲਾਂਗ ਵਿੱਚ ਮੈਂ ਉੱਧਰ ਨਾਰਥ-ਈਸਟ ਵਿੱਚ ਵੀ ਰਹਿ ਕੇ ਆਇਆ ਹਾਂ ਉੱਥੇ ਵੀ ਇੱਕ ਗਲੀ ਦੇ ਵਿੱਚ ਬਹੁਤ ਪੁਰਾਣੇ ਮਤਲਬ 200 ਸਾਲ 150 ਸਾਲ ਪਹਿਲਾਂ ਦੇ ਜਿਹੜੇ ਆ ਸਿੱਖ ਜਿਹੜੇ ਬਚੇ ਹੋਏ ਆ ਵਸੇ ਹੋਏ ਆ ਉਸ ਉੱਥੇ ਹੈ ਨਾ ਉਹਨਾਂ ਦੀ ਕੈਪੀਟਲ ਦੇ ਵਿੱਚ ਸ਼ਲਾਂਗ ਦੇ ਵਿੱਚ ਤਾਂ ਉੱਥੇ ਵੀ ਇਸ ਕਿਸਮ ਦਾ ਕਾਫੀ ਚਰਚਾ ਆਈ ਸੀ ਇਹ ਜਿਹੜੀ ਗੱਲ ਆ ਇਸ ਗੱਲ ਦਾ ਇੱਕ ਕੰਪਰੀਹੈਂਸਿਵ ਪਾਲਿਸੀ ਸਾਡੀ ਐਸਜੀਪੀਸੀ ਨੂੰ ਔਰ ਸਾਡੇ ਅਕਾਲੀ ਦਲ ਤੋਂ ਅਸੀਂ ਉਮੀਦ ਕਰਦੇ ਹਾਂ ਕਰਨੀ ਚਾਹੀਦੀ ਐ ਐਸਜੀਪੀਸੀ ਨੂੰ ਤਾਂ ਕਰਨੀ ਕਰਨੀ ਚਾਹੀਦੀ ਸਿੱਖ ਕਰਨ ਦੀ ਇਲੈਕਟਿਡ ਬਾਡੀ ਹੈਗੀ ਆ ਹੋਰ ਉਹਨਾਂ ਤੋਂ ਇਲਾਵਾ ਸਾਡੇ ਕੋਲ ਕੋਈ ਕੰਪਰੀਹੈਂਸਿਵ ਬਾਡੀ ਹੈ ਨਹੀਂ ਅਕਾਲੀ ਦਲ ਦਾ ਤੇ ਬੜਾ ਸਿਲੈਕਟਿਵ ਹੋਊਗਾ ਜੇ ਜੇ ਉਹ ਸਰਕਾਰ ਕਾਂਗਰਸ ਦੀ ਹੈ ਤੇ ਫਿਰ ਤੇ ਬਿਨਾ ਵੀ ਧੂਏ ਦੇ ਨਾਲ ਹੀ ਕਹਿ ਦੇਣਗੇ ਅੱਗ ਲੱਗ ਗਈ ਅੱਗ ਲੱਗ ਗਈ ਮਤਲਬ ਹੈ ਨਾ ਔਰ ਜੇ ਭਾਜਪਾ ਦੀ ਹੈ ਤੇ ਕਹਣਗੇ ਇਹ ਧੂਆ ਨਹੀਂ ਇਹਦੇ ਐਵੇਂ ਠੰਡ ਜੀ ਹੈ ਜਾਂ ਠੰਡ ਦਾ ਹੀ ਲੱਗਦਾ ਤੁਹਾਨੂੰ ਐਵੇਂ ਲੱਗਾ ਅੱਗ ਨਹੀਂ ਹੈਗੀ ਇੱਥੇ ਕੁਝ ਵੀ ਉਹ ਮਤਲਬ ਇਹ ਇਸ ਕਿਸਮ ਦੀ ਜਿਹੜੀ ਕਾਲੀ ਦਲਤੀ ਮਜਬੂਰੀਆਂ 'ਚ ਉਹਨਾਂ ਨੇ ਆਪਣੇ ਆਪ ਨੂੰ ਫਸਾਇਆ ਉਹਨਾਂ ਦੀ ਤੇ ਬੜੀ ਸਿਲੈਕਟਿਵ ਹੈਗੀ ਪਰ ਇਹ ਅਫਸੋਸ ਵਾਲੀ ਗੱਲ ਮੈਂ ਕਹਿ ਰਿਹਾ ਤੁਹਾਨੂੰ ਇਹ ਜਿਹੜੀ ਪੀਲੀ ਪੀਤ ਦੇ ਵਿੱਚ ਯੂਪੀ ਵਾਲੀ ਗੱਲ ਹੋਈ ਹੈ ਜਿੱਥੇ 55 ਬੰਦਿਆਂ ਦੇ ਉੱਤੇ ਕੇਸ ਬਣਾਇਆ ਜੀ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਮਨਜ਼ੂਰੀ ਦਿਓ ਅਸੀਂ ਨਗਰ ਕੀਰਤਨ ਕੱਢਣ ਆਇਆ ਸ਼ਾਇਦ ਉਸ ਇਹ ਉਹਨਾਂ ਨੂੰ ਨਗਰ ਕੀਰਤਨ ਕੱਢਣ ਦੀ ਮਨਜ਼ੂਰੀ ਨਹੀਂ ਮਿਲੀ ਉਹਨਾਂ ਨੇ ਕਿਹਾ ਕਿ ਸਾਡਾ ਤੇ ਸਾਡੀ ਪੂਰੀ ਤਿਆਰੀ ਹੋਈ ਪਈ ਆ ਅਸੀਂ ਕੋਈ ਕੋਈ ਟੈਰਰਿਸਟ ਤੇ ਹੈ ਨਹੀਂ ਕੋਈ ਉਹ ਜੀ ਲਾਅ ਐਂਡ ਆਰਡਰ ਦੀ ਗੱਲ ਨਹੀਂ ਹੈ ਤੁਸੀਂ ਆਪਣੇ ਬਿਊਰੋਕ੍ਰੈਟਿਕ ਤੌਂਸ ਦੇ ਨਾਲ ਕਿ ਤੁਸੀਂ ਨਗਰ ਕੀਰਤਨ ਨਹੀਂ ਕੱਢਣ ਦੇਣਾ ਇਹ ਤੇ ਮਾੜੀ ਗੱਲ ਹੈ ਉਹਨਾਂ ਨੇ ਜਿਸ ਏਰੀਏ ਦੀ ਮੰਗੀ ਸੀਗੀ ਇਜਾਜ਼ਤ ਉਹ ਛੱਡ ਕੇ ਉਹਨਾਂ ਨੇ ਦੂਜੇ ਏਰੀਏ ਚ ਦੀ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਆਪਣਾ ਸਾਰਾ ਲੈ ਕੇ ਗਏ ਹੈਨਾ ਜੱਥੇ ਨੂੰ ਲੈ ਕੇ ਗਏ ਤੇ ਉਹਨਾਂ ਨੇ ਸਮਝਿਆ ਸਰਕਾਰ ਨੇ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਸਮਝਿਆ ਕਿ ਸਾਡੇ ਜਿਹੜੀ ਕਾਨੂੰਨ ਦੀ ਵਾਇਲੇਸ਼ਨ ਹੋਈ ਹੈ ਬਹੁਤ ਵੱਡੀ ਤੇ 55 ਲੋਕਾਂ ਤੇ ਕੇਸ ਬਣਾ ਕੇ ਇਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਬਿਨਾ ਪੁੱਛਿਆ ਤੁਸੀਂ ਇੱਥੇ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਇੱਕ ਧਾਰਮਿਕ ਇਸ ਕਿਸਮ ਦੀ ਗੱਲ ਹਾਂ ਕੋਈ ਇਹੋ ਜਿਹੀ ਵੈਸੇ ਹੀ ਬੜੀ ਬੇਤਫਾਕੀ ਹੋਵੇ ਕੋਈ ਪਹਿਲਾ ਵਾਇਲੈਂਸ ਐਹੋ ਜੀ ਹੋ ਗਈ ਹੋਵੇ ਤਾਂ ਇਹੋ ਜੀ ਚੇਤਾਵਨੀ ਦੇ ਕੇ ਪਰ ਪਲੀਜ਼ ਕਾਦੇ ਲਈ ਹੈ ਕਿ ਪੁਲਿਸ ਇਸੇ ਕੰਮ ਲਈ ਜਲੂਸ ਦੇ ਨਾਲ ਜਾਵੇ ਦੱਸੇ ਕੋਈ ਗੱਲ ਹੋਵੇ ਲੋਕਾਂ ਨੂੰ ਵੀ ਸਮਝਾਵੇ ਤੁਸੀਂ ਇਸ ਤਰੀਕੇ ਨਾਲ ਮਰ ਮਰਦੀਆਂ ਨਾਲ ਰੋਕਣ ਲੱਗੋਗੇ ਤੇ ਅਫਸੋਸ ਵਾਲੀ ਗੱਲ ਹੈ ਰਹੀ ਗੱਲ ਜਿਹੜੀ ਜ਼ਮੀਨਾਂ ਵਾਲੀ ਜ਼ਮੀਨਾਂ ਵਾਲੀ ਮੈਂ ਤੁਹਾਨੂੰ ਦੱਸਣਾ ਤੁਹਾਨੂੰ ਯਾਦ ਹੋਣਾ ਕਿ ਭੁੱਜ ਦੇ ਵਿੱਚ ਗੁਜਰਾਤ ਦੇ ਵਿੱਚ ਬੜੀ ਢੇਰ ਤੋਂ ਲੋਕ ਗਏ ਆ ਬੜਾ ਬੇਬਾਤ ਜਿਆ ਐਰੀਆ ਸੀ ਸਾਰੀ ਯੂਪੀ ਵੀ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਤੇ ਉੱਥੇ 14 ਜ਼ਿਲ੍ਹੇ ਹੈਗੇ ਯੂਪੀ ਦੇ ਤਰਾਈ ਏਰੀਆ ਦੇ ਉਹ ਸਾਰਾ ਦੀ ਬੜੀਆਂ ਬੇਆਬਾਦ ਜਗ੍ਹਾ ਸੀ ਉਹਨਾਂ ਨੇ ਜਾਨੀ ਸੱਫਾਂ ਦੀਆਂ ਸਿਰੀਆਂ ਦੇ ਪੈਰ ਰੱਖ ਕੇ ਉਹ ਆਬਾਦ ਕੀਤੀਆਂ ਜ਼ਮੀਨਾਂ ਆ ਕਦੀ ਕਦੀ ਉੱਥੇ ਵੀ ਉਹ ਜਿਹਾ ਆਵਾਜ਼ਾਂ ਉੱਠਦੀਆਂ ਪਰ ਅਜੇ ਤੱਕ ਉੱਡੀ ਵੱਡੇ ਪੱਧਰ ਤੇ ਇਹੋ ਜੀ ਗੱਲ ਚੱਲੀ ਨਹੀਂ ਹੈਗੀ ਇਹ ਭੁਜਵੇਲੀ ਜੇ ਪੋਚ ਵਾਲੀ ਤੇ ਉਹਨਾਂ ਨੇ ਅਵਿਕਟ ਕਰਨਾ ਕੁੱਟਣਾ ਮਾਰਨਾ ਇਸ ਕਿਸਮ ਦਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਮੋਦੀ ਜੀ ਹੁਣ ਸੈਂਟਰ ਦੇ ਵਿੱਚ ਆਉ ਤੇ ਦੇਖੋ ਇੱਥੇ ਪੱਗ ਬਨ ਕੇ ਸਰਦਾਰ ਬਨ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਫੁਰਸ਼ ਤੇ ਆਏ ਸੀ ਪਰ ਫਿਰ ਸਰਦਾਰ ਬਨ ਕੇ ਜੇ ਬਣਦਾ ਪੱਗ ਦਸਤਾਰ ਸਜਾਉਣ ਦਾ ਤੁਹਾਨੂੰ ਚਾਇਆ ਤੋ ਕੰਮ ਵੀ ਉਹ ਕਰੋ ਸਿੱਖਾ ਵਾਲੇ ਕੰਮ ਕਰੋ ਇੰਜ ਨਹੀਂ ਚੱਲਦਾ ਕਿ ਜਿਹੜਾ ਉੱਤੇ ਤੁਸੀਂ ਖਲ ਕੋਈ ਹੋਰ ਪਾ ਲਓ ਅੰਦਰ ਕੋਈ ਹੋਰ ਹੋਵੇ ਜੀ ਜੀ ਇਹ ਨਹੀਂ ਚੱਲਦਾ ਹੈ ਇਹ ਅਫਸੋਸ ਵਾਲੀ ਗੱਲ ਮੈਂ ਉਹ ਪੁੱਜ ਦੇ ਏਰੀਆ ਬਾਰੇ ਚੰਗੀ ਤਰੀਕੇ ਨਾਲ ਜਾਣਦਾ ਹਾਂ ਹੂੰ ਕਿ ਸਾਡੇ ਇੱਕ ਵਕੀਲ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਤਾਂ ਉਹ ਉਸ ਦਾ ਕੇਸ ਵੀ ਲੜ ਰਹੇ ਆ ਇਸ ਕਰਕੇ ਹਰਜੋਤ ਭਾਵੇਂ ਉਹ ਪੋਜ ਹੋਵੇ ਭਾਵੇਂ ਮੱਧ ਪ੍ਰਦੇਸ਼ ਹੋਵੇ ਇਹ ਜਿਹੜੇ 200 ਏਕੜ ਚੋਂ ਉਜਾੜੇ ਆ ਉਹਨਾਂ ਦੀ ਕਹਾਣੀ ਵੀ ਇਸੇ ਤਰੀਕੇ ਦੀ ਆ 84 ਤੋਂ ਪਹਿਲਾਂ ਦੇ ਲੋਕ ਬੈਠੇ ਸੀ ਦੰਗਿਆਂ ਵੇਲੇ ਡਰਦੇ ਭੱਜ ਗਏ ਜਦੋਂ ਉਹਨਾਂ ਨੂੰ ਲੱਗਾ ਕਿ ਹੁਣ ਚਲੋ ਸ਼ਾਂਤ ਨੂੰ ਤਾਂ ਹੋ ਗਈ ਆ ਜਾ ਕੇ ਆਪਣੀਆਂ ਜ਼ਮੀਨਾਂ ਦੁਬਾਰਾ ਸਾਂਭਦੇ ਆ ਉਹਨਾਂ ਨੇ ਜਾ ਕੇ ਉਹ ਬੇਬਾਦ ਜ਼ਮੀਨਾਂ ਜਿਹੜੀਆਂ ਆਬਾਦ ਕੀਤੀਆਂ ਤਾਂ ਇਹਨਾਂ ਨੇ ਬਿਨਾ ਨੋਟਿਸ ਦਿੱਤੇ ਆ ਜਾ ਕੇ ਬਲਡੋਜ਼ਰ ਫੇਰ ਦਿੱਤੇ ਘਰਾਂ ਦੇ ਉੱਤੇ ਧਾਰ ਵੀ ਢਾ ਦਿੱਤੇ ਆ ਬਿਨਾ ਨੋਟਿਸ ਤੋਂ ਦਿੱਤੇ ਆ ਜਿਹੜੀ ਇਹ ਗੱਲ ਕਹਿਣਾ ਕਿ ਇਹ ਇੱਕ ਬਹੁਤ ਵੱਡੀ ਗੱਲ ਆ ਮੇਰਾ ਖਿਆਲ ਆ ਕਿ ਤੁਰੰਤ ਐਸਜੀਪੀਸੀ ਨੂੰ ਜਾਣਾ ਚਾਹੀਦਾ ਉਸ ਏਰੀਆ ਦੇ ਵਿੱਚ ਜਾ ਕੇ ਤਹਿਕੀਕਾਤ ਵੀ ਕਰਨੀ ਚਾਹੀਦੀ ਔਰ ਇੱਥੇ ਆ ਕੇ ਸਾਡੇ ਜਿਹੜੇ ਪੰਜਾਬ ਦੇ ਵਿੱਚ ਸਿੱਖ ਭਾਈ ਜਾ ਰਾਇਆ ਉਹਨਾਂ ਨੂੰ ਅਵਗਤ ਕਰਾਉਣਾ ਚਾਹੀਦਾ ਇਸ ਗੱਲ ਦੇ ਕਿ ਉੱਥੇ ਅਸਲੀਅਤ ਕੀ ਆ ਕੀ ਕੀ ਉਹਨਾਂ ਨੂੰ ਚਾਹੀਦਾ ਜੇ ਲੋੜ ਪਵੇ ਤੇ ਉੱਥੇ ਸਰਕਾਰ ਨੂੰ ਇਧਰੋਂ ਇੱਥੋਂ ਤੱਕ ਕਿ ਮੈਂ ਕਿਹਾ ਨਾ ਕੈਪਟਨ ਅਮਰਿੰਦਰ ਸਿੰਘ ਹੁਣੀ ਉਹਨਾਂ ਨੂੰ ਸਾਰਾ ਪਤਾ ਕਿ ਇੱਥੇ ਦੇ ਕੀ ਹਾਲਾਤ ਆ ਬਹੁਤ ਆਪਣੇ ਆਪ ਨੂੰ ਹਰ ਬੰਦਾ ਇੱਥੇ ਸਭ ਤੋਂ ਵੱਡਾ ਸਿੱਖਾਂ ਦਾ ਅਨਿਆਈ ਬਣ ਕੇ ਦੱਸਣ ਦੀ ਕੋਸ਼ਿਸ਼ ਕਰਦਾ ਉਹਦੇ ਵਿੱਚ ਕੈਪਟਨ ਸਾਹਿਬ ਵੀ ਇਹ ਕਹੇ ਕਿ ਜਾਂ ਕੇ ਸਿੱਧਾ-ਸਿੱਧਾ ਆਪਣੇ ਹੀ ਚੀਫ ਮਿਨਿਸਟਰ ਨੂੰ ਕਾਂਗਰਸ ਵਾਲੇ ਨੂੰ ਸਮਝਾਉਣ ਮੱਧ ਪ੍ਰਦੇਸ਼ ਤੇ ਇਹਨਾਂ ਦਾ ਆਪਣੇ ਹੀ ਚੀਫ ਮਿਨਿਸਟਰ ਜੀ ਸੋਨੀਆ ਗਾਂਧੀ ਨੂੰ ਇੱਥੋਂ ਫੋਨ ਕਰਨ ਭਈ ਨਾ ਨਾ ਇਹ ਨਹੀਂ ਇਹ ਸਾਨੂੰ ਮਨਜ਼ੂਰ ਨਹੀਂ ਹੈ ਬਿਲਕੁਲ ਸਹੀ ਕਿਹਾ ਤੁਸੀਂ ਕਿਉਂਕਿ ਅਗਰ ਦੇਸ਼ ਭਾਰ ਵਿੱਚ ਹੈ ਦੁਨੀਆ ਭਾਰ ਵਿੱਚ ਕਿਤੇ ਵੀ ਸਿੱਖਾਂ ਨਾਲ ਕੁਝ ਗਲਤ ਹੁੰਦਾ ਹੈ ਤੱਕਾ ਹੁੰਦਾ ਤਾਂ ਸਿਰ ਮੋਰ ਸਿਕਸਨ ਸਾਵਾਂ ਨੇ ਉਹਨਾਂ ਨੂੰ ਜ਼ਰੂਰ ਇਸ ਮੌਕੇ ਤੇ ਅੱਗੇ ਆਣਾ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਸਿਰਫ ਸਿਆਸੀ ਉਲਝਣਾ ਵਿੱਚ ਉਲਝ ਕੇ ਰਹਿ ਜਾਈਏ ਪਰ ਜਿੱਥੇ ਬਣਦਾ ਹੈ ਕਿ ਇੱਥੇ ਅਸੀਂ ਸਿੱਖ ਕਮਿਊਨਿਟੀ ਦਾ ਸਾਥ ਦੇਣਾ ਹੈ ਗਲਤ ਹੋ ਰਿਹਾ ਉਹਨਾਂ ਨਾਲ ਤਾਂ ਜ਼ਰੂਰ ਉੱਥੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇੱਥੇ ਵੀ ਇਸ ਮਾਮਲੇ ਵਿੱਚ ਸਾਫ਼ ਤੌਰ ਤੇ ਰਜਿਸਟਰੀਆਂ ਉਹਨਾਂ ਕੋਲ ਸਨ ਤੇ ਬਿਨਾਂ ਨੋਟਿਸ ਦਿੱਤੇ ਇਸ ਤਰੀਕੇ ਨਾਲ ਕਰਨਾ ਮੀਨਜ਼ ਅੱਜ ਅਗਰ ਇੱਥੇ ਹੋਇਆ ਤਾਂ ਪੂਰੇ ਦੇਸ਼ ਭਾਰ ਵਿੱਚ ਸਿੱਖਾਂ ਦੇ ਨਾਲ ਕਿਤੇ ਵੀ ਕੁਝ ਅਜਿਹਾ ਹੋ ਸਕਦਾ ਹੈ ਤੇ ਅਗਰ ਗੱਲ ਕਰ ਰਹੇ ਅਸੀਂ ਸਿੱਖ ਕਮਿਊਨਿਟੀ ਦੀ ਹੀ ਤਾਂ ਸਾਡੇ ਪੰਜਾਬ ਵਿੱਚ ਇੱਕ ਅੱਜਕੱ ਤੋ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਵੀਡੀਓ ਨੂੰ ਲੈ ਕੇ ਕਿ ਉਹਨਾਂ ਨੇ ਹੁਣ ਕੀਤੀ ਜਾ ਰਹੀ ਹੈ ਅੱਗੋਂ ਮੰਗ ਕੇ ਉਹਨਾਂ ਨੂੰ ਬਰਖਾਸ ਕੀਤਾ ਜਾਵੇ ਆਕਾਲ ਤਖਤ ਸਾਹਿਬ ਤੱਕ ਫੈਸਲਾ ਲੈ ਕੇ ਕੁਝ ਕੀਤਾ ਜਾਵੇ ਇਸ ਸਾਰੀ ਵੀਡੀਓ ਦੇ ਮਾਮਲੇ ਤੇ ਬਿਲਕੁਲ ਇਹ ਗੱਲ ਵੀ ਸਿੱਖੀ ਦਾ ਮਾਮਲਾ ਹੀ ਆ ਪੰਜਾਬ ਦੇ ਵਿੱਚ ਇੱਕ ਕਾਂਗਰਸ ਦਾ ਤੇ ਅਕਾਲੀ ਦਲ ਦਾ ਆਪਸ ਵਿੱਚ ਮੁਕਾਬਲਾ ਰਹਿੰਦਾ ਬੜਾ ਜ਼ਬਰਦਸਤ ਕਿ ਵੱਡਾ ਸਿੱਖ ਕੌਣ ਤੇ ਅਸਲੀ ਸਿੱਖ ਕੌਣ ਇਹ ਇਹ ਮੈਨੂੰ ਤੇ ਲੱਗਦਾ ਜਦੋਂ ਦੋਵੇਂ ਹੀ ਏਡਾ ਵੱਡਾ ਮੁਕਾਬਲਾ ਕਰ ਰਿਹਾ ਤੇ ਮੈਨੂੰ ਦੋਵਾਂ ਤੇ ਹੀ ਖਦਸ਼ਾ ਜਿਆਦਾ ਹੁੰਦਾ ਥੋੜਾ ਜਿਹਾ ਡਾਊਟ ਹੁੰਦਾ ਆ ਕਿ ਅਸਲੀ ਸਿੱਖ ਕੌਣ ਹੈ ਸਾਰੇ ਲੋਕ ਜਾਣਦੇ ਹੀ ਆ ਕਿ ਕਿੰਨਾ ਕ ਕੌਣ ਕਿੱਥੇ ਸਿੱਖ ਹੈਗਾ ਜੇ ਇਹ ਦੋਹੇ ਹੀ ਸਰਕਾਰਾਂ ਜਿਹੜੀਆਂ ਅੱਜ ਤੱਕ ਰਾਜ ਕਰ ਦੇ ਰਹੀਆਂ ਪੰਜਾਬ ਦੇ ਉੱਤੇ ਇਹ ਇਮਾਨਦਾਰੀ ਨਾਲ ਰਾਜ ਕਰਦੀਆਂ ਤੇ ਅੱਜ ਕੇਰਲਾ ਗਵਰਨੈਂਸ ਵਿੱਚ ਨੰਬਰ 1 ਨਾ ਹੁੰਦਾ ਇਹ ਗਵਰਨੈਂਸ ਵਿੱਚ ਨੰਬਰ 1 ਹੁੰਦੀ ਪੜਾਈ ਵਿੱਚ ਕੇਰਲਾ ਨੰਬਰ 1 ਬੜੀ ਦੇਰ ਰਿਹਾ ਅਜੇ ਵੀ ਉਹ ਕਾਫੀ ਅੱਗੇ ਹੈਗਾ ਫਿਰ ਹੋਰ ਜਿਹੜਾ ਸਲੀਕਾ इवन ਸੀਏਏ ਜਦੋਂ ਆਇਆ ਕੇਰਲਾ ਨੰਬਰ 1 ਉਹਨਾਂ ਨੇ ਜਾ ਕੇ ਅਸੈਂਬਲੀ ਚ ਰੈਜ਼ੋਲੂਸ਼ਨ ਵੀ ਪਾਸ ਕਰ ਦਿੱਤਾ ਤੇ ਇਸ ਵੇਲੇ ਜੇ ਦੁਨੀਆ ਦੇ ਵਿੱਚ ਮਤਲਬ ਜਿਹੜੀ ਚਰਚਿਤ ਸਟੇਟ ਹੈਗੀ ਹੈ ਉਹ ਕੇਰਲਾ ਹੈ ਪੰਜਾਬ ਨਹੀਂ ਕਿਸੇ ਵੇਲੇ ਪੰਜਾਬ ਵੀ ਨੰਬਰ 1 ਤੇ ਬੜੀ ਧੀਰ ਦੇਰ ਤੱਕ ਆਪਣੀ ਝੰਡੀ ਖੜੀ ਰੱਖੀ ਗ੍ਰੀਨ ਰੈਵਿਊ ਲੀਸ਼ਨ ਦੇ 10 ਸਾਲਾਂ 15 ਸਾਲਾਂ ਦੇ ਬਾਅਦ ਤੱਕ ਤੇ 84 ਤੋਂ ਬਾਅਦ ਹੌਲੀ 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 ਸਾਡੇ ਅਜੇ ਤੱਕ ਪੈਰ ਨਹੀਂ ਲੱਗੇ ਚਾਹੀਦਾ ਇਹ ਸੀਗਾ ਕਿ ਇੱਥੋਂ ਦੀ ਪੁਲਿਸ ਨੂੰ ਨਿਕελ ਪਾ ਕੇ ਇੱਥੋਂ ਦੀ ਬਿਊਰੋਕ੍ਰੇਸੀ ਜਿਵੇਂ ਪਹਿਲਾਂ ਬਹੁਤ ਵਧੀਆ ਸਾਡੀ ਬਿਊਰੋਕ੍ਰੇਸੀ ਅਫਸਰशाही ਬਾਰੇ ਚੰਗਾ ਇਹ ਮੇ ਸੀਗਾ ਤੇ ਅੱਜ ਉਹ ਗਵਰਨੈਂਸ ਤੇ 18 ਸੀਟਾਂ ਦੇ ਜਿਹੜੇ ਸਰਵੇ ਨੀਤੀਯੋਗ ਨੇ ਕੀਤੇ ਅਸੀਂ 13ਵੇਂ ਨੰਬਰ ਤੇ ਆਏ ਆ ਤੇ ਕਿਉਂ ਇਥੇ ਥੱਲੇ ਡਿੱਗ ਕੇ ਇਹਦਾ ਮਤਲਬ ਹੈ ਕਿ ਕਿ ਸੇਦੀ ਕੋਈ ਸੁਣੀ ਨਹੀਂ ਜਾ ਰਹੀ ਆਪਾ ਤਾਪੀ ਹੈਗੀ ਆ ਤੇ ਕੁਝ ਕੁ ਬੰਦੇ ਜਿਹੜੇ ਆ ਉਹ ਸਾਰਾ ਜਿਹੜਾ ਨਿਜ਼ਾਮ ਆ ਕੁਝ ਕੁ ਬੰਦਿਆਂ ਨੇ ਪਾਰਟੀਆਂ ਅੰਦਰ ਵੀ ਗਵਰਨਮੈਂਟ ਅੰਦਰ ਵੀ ਕੁਝ ਕੁ ਬੰਦੇ ਜਿਹੜੇ ਆ ਕੈਬਨਿਟ ਮਨਿਸਟਰ ਕਹਿ ਲਓ ਚੀ ਮਨਿਸਟਰ ਕਹਿ ਲਓ ਉਹਨਾਂ ਨੇ ਜ਼ਿਆਦਾਤਰ ਆਪਣੀ ਜੇਬ ਚ ਸਾਰਾ ਕੁਝ ਪਾਇਆ ਹੋਇਆ ਤੇ ਇਹ ਜਿਹੜਾ ਸਿੱਖੀ ਦਾ ਜਿਹੜਾ ਇੱਥੇ ਕਹਿਣਾ ਕਿ ਅਸੀਂ ਵੱਡੇ ਸਿੱਖ ਆ ਸਿੱਖ ਤੁਸੀਂ ਅਸਲੀ ਤਾਂ ਹੋਊਗੇ ਵੱਡੇ ਜੇ ਪੰਜਾਬ ਨੂੰ ਉਸ ਸਿੱਖ ਪ੍ਰਥਾ ਦੇ ਸਿੱਖ ਪਲਸ ਪੇਤੀ ਸਿੱਖ ਸੋਚ ਦੇ ਰਾਹ ਤੇ ਲਿਜਾ ਕੇ ਤੁਸੀਂ ਇਸ ਨੂੰ ਇੱਕ ਨੰਬਰ ਕੀਤਾ ਨਾ ਮੈਂ ਕੀ ਕਹਿਣਾ ਕਿ ਗੁਰੂ ਨਾਨਕ ਦੇਵ ਜੀ ਨੇ ਤੁਸੀਂ ਦੇਖੋ ਹਰਜੋਤ ਖੁਦ ਖੇਤੀ ਕੀਤੀ ਇਹਦਾ ਮਤਲਬ ਕਿਸਾਨ ਸੀਗੇ ਜੀ 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 ਨੇ ਖੇਤੀ ਤੇ ਖੁਦ ਕੀਤੀ ਤੇ ਕਿਸਾਨ ਤੇ ਸੀਗੇ ਜੀ ਜੇ ਉਹੋ ਹੀ ਕਿਸਾਨ ਅੱਜ ਪੰਜਾਬ ਦੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਆ ਜਿਹੜੇ ਉਹਨਾਂ ਨੂੰ ਰੋਜ਼ ਨਤਮਸਤਕ ਹੁੰਦੇ ਆ ਜਿਨ੍ਹਾਂ ਦੇ ਕੁਝ ਵੀ ਕੁਰਬਾਨੀਆਂ ਉਹਨਾਂ ਦੇ ਨਾਂ ਤੇ ਕਰਨ ਲਈ ਤਿਆਰ ਰਹਿੰਦੇ ਆ ਜਿਹਦੀ ਇਹ ਵੀਡੀਓ ਦੀ ਤੁਸੀਂ ਗੱਲ ਛੇੜੀ ਹੈਗੀ ਹੈ ਤਾਂ ਫਿਰ ਸਾਡੇ ਕਿਸਾਨ ਵੀਰ ਆਤਮ ਹੱਤਿਆ ਥੋੜੀ ਕਰਦੇ ਆਤਮ ਹੱਤਿਆ ਵੀ ਕੀਤੀ ਗੱਲ ਅਲੱਗ ਹੈਗੀ ਆ ਉਹਨਾਂ ਦਾ ਤਾਂ ਕੋਈ ਬਾਤ ਨਹੀਂ ਪੁੱਛਦਾ ਘਰ ਦੇ ਵਿੱਚ ਬੱਚੇ ਜਾ ਕੇ ਆਪਣੀਆਂ ਫੋਟੋਆਂ ਲਵਾ ਲੈਂਦੇ ਲੀਡਰ ਹੋਰ ਕਰਦੇ ਘਰ ਗਏ ਇਵੇਂ ਨਾ ਰਜੀਵ ਗਾਂਧੀ ਤੱਕ ਪੰਜਾਬ ਚ ਆਇਆ ਫੋਟੋਆਂ ਲਮਾਈਆਂ ਜਦੋਂ ਮੈਂ ਉਸ ਘਰ ਚ ਜਾ ਕੇ ਦੇਖਿਆ ਤੇ ਅਜੀ ਉਹਨਾਂ ਦਾ ਕੋਈ ਜੋ ਰਾਹਤ ਮਿਲਣੀ ਸੀ ਨਹੀਂ ਸੀ ਮਿਲੀ ਮੈਂ ਬਠਿੰਡੇ ਚ ਗਿਆ ਸੀ ਫਿਰ ਮੈਂ ਜਾ ਕੇ ਖਬਰਾਂ ਚ ਖਬਰ ਲਵਾਈ ਉਥੋਂ ਤਾਂ ਫਿਰ ਜਾ ਕੇ ਡੀਸੀ ਅਗਲੇ ਦਿਨ ਪਹੁੰਚਿਆ ਤੇ ਉਹਨਾਂ ਨੂੰ ਜਿਹੜੀ ਬਣਦੀ ਰਾਹਤ ਜਿਹੜੀ ਮਿਲੀ ਅੱਜ ਵੀ ਲਗਾਤਾਰ ਸਾਰੇ ਪੰਜਾਬ ਤੋਂ ਇਹੋ ਜੀਆਂ ਸਟੋਰੀਜ਼ ਆ ਰਹੀਆਂ ਕਹਾਣੀਆਂ ਆ ਰਹੀਆਂ ਕਿ ਕਿਵੇਂ ਕਿਵੇਂ ਜਿਹੜੇ ਜਿਹੜੇ ਜਿੱਥੇ ਜਿੱਥੇ ਦੇ ਇਹ ਕਿਸੇ ਵੀ ਕਿਸਾਨ ਨੇ ਜਿਹੜੇ ਕਿ ਮੈਂ ਤੇ ਗੁਰਨਾਨ ਦੇਵ ਜੀ ਦੇ ਭਾਈ ਤੇ ਪੈਰੋਕਾਰ ਮੈਂ ਸਮਝੂਗਾ ਕਿਉਂਕਿ ਉਸੇ ਹੀ ਕੰਮ ਕਿੱਤੇ ਦੇ ਵਿੱਚ ਲੱਗੇ ਹੋਇਆ ਉਸ ਕਿੱਤੇ ਦੀ ਅੱਜ ਕਿੰਨੀ ਦੁਰਦਸ਼ਾ ਹੈਗੀ ਆ ਕਿਸਾਨਾਂ ਦੀ ਕਿੰਨੀ ਦੁਰਦਸ਼ਾ ਹੈਗੀ ਆ ਕਿਵੇਂ ਕਰਜ਼ੇ ਦੇ ਵਿੱਚ ਨਿਪੀੜੇ ਔਰ ਬੇਰਜ਼ਗਾਰੀ ਲਚਾਰੀ ਤੇ ਹੋਰ ਸਰੀਰ ਕ ਲਗ ਲਗ ਕੈਂਸਰ ਵਰਗੇ ਰੋਗਾਂ ਦੇ ਮਾਰੇ ਹੋਏ ਆਪਣਾ ਫਿਰ ਵੀ ਡਟੇ ਹੋਏ ਲੱਗੇ ਹੋਏ ਜਿੰਨੇ ਜੋਗੇ ਹੈਗੇ ਆ ਪਰ ਸਰਕਾਰਾਂ ਉੱਥੇ ਕੀ ਕਰ ਰਹੀਆਂ ਸਿੱਖੀ ਦਾ ਮਤਲਬ ਸੀ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਔਰ ਇੱਕ ਲਗ ਦੇਖਦੀ ਸਟੇਟ ਜਿਵੇਂ ਕੇਰਲ ਆ ਦੀ ਮੈਂ ਐਗਜ਼ੈਂਪਲ ਦਿੱਤੀ ਆ ਉਹ ਆਪਣੇ ਪੈਰਾਮੀਟਰ ਦੇ ਉੱਤੇ ਅਲੱਗ ਦੇਖਦੀ ਆ ਸਾਡੇ ਪੈਰਾਮੀਟਰ ਇੱਥੇ ਪਾਈ ਜਾ ਰਾ ਸਭ ਤੋਂ ਜ਼ਿਆਦਾ ਹੋਣਾ ਚਾਹੀਦਾ ਸੀ ਇੱਥੇ ਜਾਤ ਪਾਤ ਬਿਲਕੁਲ ਨਹੀਂ ਸੀ ਹੋਣੀ ਚਾਹੀਦੀ ਬਿਲਕੁਲ ਜਾਤ ਪਾਤ ਦਾ ਨਾਂ ਤੱਕ ਨਹੀਂ ਸੀ ਹੋਣਾ ਚਾਹੀਦਾ ਪੰਜਾਬ ਦੇ ਅੰਦਰ ਇਸ ਕਰਕੇ ਇਹ ਸਾਰੇ ਦਾ ਸਾਰਾ ਜਿਹੜਾ ਸੀਗਾ ਇਸ ਵੇਲੇ ਮੈਨੂੰ ਲੱਗਦਾ ਕਿ ਉਹ ਕੰਪਰੋਮਾਈਜ਼ ਹੋਇਆ ਸਾਨੂੰ ਇੱਥੇ ਜਾਤ ਪ੍ਰਥਾ ਵੀ ਉਸੇ ਤਰੀਕੇ ਨਾਲ ਨਸ਼ੇ ਕਿੰਨੇ ਫੁਲਾਏ ਕਿੰਨੇ ਫੁਲਾਏ ਇੱਕ ਪਿਤਾ ਦੇ ਕੀ ਖਿਆਲੇ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੈਗੀਆਂ ਆ ਉਹਨਾਂ ਦੀ ਪੈਟਰੋਨੇਜ ਜਾਂ ਪੁਲਿਸ ਦੀ ਪ੍ਰੋਟੈਕਸ਼ਨ ਤੋਂ ਬਗੈਰ ਕਿਤੇ ਨਸ਼ੇ ਫੈਲ ਗਏ ਆ ਔਰ ਕਿੰਨੇ ਦੇਕਾਰ ਉਹ ਪੈਸੇ ਗਏ ਆ ਇਸ ਕਰਕੇ ਜਿੰਨੀ ਮਰਜੀ ਇਹ ਜ਼ੋਰ ਲਾ ਲੈਣ ਅ ਕਾਲੀ ਦਾਲ ਤੇ ਕਾਂਗਰਸ ਜਿਹੜੇ ਵੀ ਉਹਨਾਂ ਚ ਸਿੱਖਿਆ ਵੱਡੇ ਸਿੱਖੇ ਕਦੀ ਨਹੀਂ ਹੋ ਸਕਦੇ ਕਿਉਂਕਿ ਰਲ ਕੇ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਨੂੰ ਇਹਨਾਂ ਥੱਲੇ ਸੁੱਟ ਦਿੱਤਾ ਕਿ ਅੱਜ ਉਹਨੂੰ ਉੱਠਣਾ ਔਖਾ ਹੋ ਗਿਆ ਸਾਨੂੰ ਸਾਰਿਆਂ ਨੂੰ ਬੜਾ ਅਫਸੋਸ ਆ ਇਹ ਜਿਹੜੀ ਵੀਡੀਓ ਦੇ ਵਿੱਚ ਆ ਉਹ ਗੱਲ ਹੈਗੀ ਆ ਕਿ ਗੁਰਨਾਨ ਕਦੀਪ ਜੀ ਦਾ ਬਿਲਕੁਲ ਉਹਨਾਂ ਨੇ ਕੱਟ-ਕੱਟ ਕੇ ਵੀਡੀਓ ਆਉਂਦੀ ਹੈ ਕੋਈ ਮੈਨੂੰ ਤੇ ਬਹੁਤੀ ਕਲੀਅਰ ਨਹੀਂ ਨਾਮ ਹੈ ਕਿ ਬਹੁਤਾ ਐਕਸਪਰਟ ਹੈਗਾ ਬੜੀ ਛੋਟੀ ਜੀ ਵੀਡੀਓ ਹੈ ਕਿ ਉਹ ਕਿਤੇ ਉਹਦੀ ਜਿਹੜੀ ਜਿਸਟ ਸਾਰੰਸ਼ੇ ਹੈ ਕਿ ਜਿਵੇਂ ਰੰਧਾਵਾ ਜੀ ਨੇ ਇਹ ਗੱਲ ਕਹੀ ਹੋਵੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਹੈਗੇ ਆ ਕਿ ਗੁਰਨਾਨ ਕਦੇਵ ਜੀ ਦਾ ਚਿਹਰਾ ਕੈਪਟਨ ਅਮਰਿੰਦਰ ਜੀ ਸਿੰਘ ਵਰਗੇ ਚਿਹਰੇ ਵਾਂਗੂ ਲੱਗਦਾ ਹੁਣ ਇਹਦੇ ਚ ਕਈ ਸਵਾਲ ਆ ਜੇ ਤੁਸੀਂ ਇਹ ਪ੍ਰੂਵ ਕਰ ਵੀ ਦਿਓ ਜੇਲ੍ਹ ਮੰਤਰੀ ਨੂੰ ਜੇਲ੍ਹ 'ਚ ਹੀ ਡੱਕ ਦਿਓ ਹੈਨਾ ਫਿਰ ਤੁਸੀਂ ਵੱਡੇ ਸਿੱਖ ਕਿਵੇਂ ਹੋਏ ਪਈ ਮੈਨੂੰ ਇਹ ਦੱਸੋ ਇਹ ਤੇ ਤੁਸੀਂ ਇੱਕ ਕਾਰਸਕੰਦਾ ਇਹ ਗੱਲ ਕਹਿ ਰਹੇ ਆ ਕਿ ਇਹਨਾਂ ਨੇ ਸਾਡੇ ਦੇ ਬਰਗਾੜੀ ਦਾ ਦੋਸ਼ ਲਾਇਆ ਸਾਡੇ ਤੋਂ ਇੰਨਾ ਚਿੰਬੜ ਗਿਆ ਕਿ ਉਹ ਅੱਜ ਤੱਕ ਲੱਥ ਨਹੀਂ ਰਿਹਾ ਤੇ ਅਸੀਂ ਹੁਣ ਕਾਂਗਰਸ ਤੇ ਇਹੋ ਜਿਹਾ ਲਾ ਕੇ ਆਪਣੇ ਆਪ ਨੂੰ ਥੋੜਾ ਜਿਹਾ ਸਾਫ਼ ਕਰ ਲੀਏ ਇਹ ਕੋਈ ਇਸ ਤਰ੍ਹਾਂ ਨਹੀਂ ਹੋਊਗਾ ਕੰਮ ਕਰਕੇ ਕਰਨਾ ਪਊਗਾ ਕਰਮਯੋਗੀ ਬਣਨਾ ਪਊਗਾ ਪਰ ਇੱਕ ਚੀਜ਼ ਜ਼ਰੂਰ ਹੈ ਕਿ ਦੋਵੇਂ ਹਾਲਾਤਾਂ ਦੇ ਵਿੱਚ ਚਾਹੇ ਇੱਕ ਦੂਜੇ ਉੱਪਰ ਇਲਜ਼ਾਮ ਲਗਾਣ ਮਜ਼ਾਕ ਤਾਂ ਧਰਮ ਦਾ ਬਣ ਰਿਹਾ ਹੈ ਮਾਗੀ ਇਸ ਮਾਮਲੇ ਵਿੱਚ ਅਗਰ ਅਸੀਂ ਗੱਲ ਕਰੀਏ ਤੇ ਮਤਲਬ ਇੱਕ ਅਸੀਂ ਖੁਦ ਵੀਡੀਓਜ਼ ਵਾਇਰਲ ਕਰ ਰਹੇ ਆ ਲੋਕ ਅਸੀਂ ਦੇਖ ਰਹੇ ਆ ਅਗਰ ਉਹ ਦੇ ਵਿੱਚ ਕਸੂਰਵਾਰ ਵੀ ਸਾਬਤ ਹੋ ਜਾਂਦੇ ਨੇ ਤਾਂ ਵੀ ਬਹੁਤ ਸ਼ਰਮਨਾਕ ਗੱਲ ਹੈ ਅਗਰ ਉਹ ਕਸੂਰਵਾਰ ਸਾਬਤ ਨਹੀਂ ਹੁੰਦੇ ਤਾਂ ਜਿਨ੍ਹਾਂ ਨੇ ਇਹ ਵੀਡੀਓ ਵਾਇਰਲ ਕੀਤੀ ਹੈ ਗਲਤ ਬਣਾ ਕੇ ਤਾਂ ਵੀ ਸ਼ਰਮਨਾਕ ਗੱਲ ਹੈ ਇੱਕ ਗੱਲ ਦੱਸੋ ਜੀ ਮੈਂ ਉਸ ਗੱਲ ਦਾ ਹਾਮੀ ਨਹੀਂ ਮੈਂ ਜਿਹੜੀ ਗੱਲ ਕਰਨ ਲੱਗਾ ਪਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਜਿਹੜੀਆਂ ਨਰਸਾਂ ਦੀਆਂ ਕੇਰਲਾ ਦੀਆਂ ਨਰਸਾਂ ਸੀ ਇੱਥੇ ਪੰਜਾਬ ਦੇ ਇੱਕ ਪਾਦਰੀ ਨੇ ਉਹਦੇ ਤੇ ਸੀਰੀਅਸ ਕੇਸ ਸੀਗਾ ਮੋਰਲ ਟਰਪੀਚੂਰ ਦਾ ਕਿ ਛੇੜਾ ਛਾੜੀ ਜੋ ਵੀ ਕੋਈ ਹੋਇਆ ਹੈ ਨਾ ਉਹ ਨਰਸਾਂ ਨੇ ਜਾ ਕੇ ਨਰਸਾਂ ਕਹੀ ਜੇ ਉਹਨਾਂ ਦੇ ਅੰਦਰ 크੍ਰਿਸਚੀਅਨਿਟੀ ਦੇ ਅੰਦਰ ਕੈਥੋਲਿਕਸ ਦੇ ਅੰਦਰ ਬੜਾ ਦਬਾਅ ਹੁੰਦਾ ਤੁਸੀਂ ਮੂੰਹ ਨਹੀਂ ਖੋਲ ਸਕਦੇ ਮੂੰਹ ਖੋਲਣ ਦਾ ਮਤਲਬ ਹੈ ਕਿ ਤੁਸੀਂ ਸਦਾ ਲਈ ਇੱਕ ਕਿਸਮ ਦੇ ਬਾਹਰ ਜਾਂ ਸਿਸਟਮ ਦੇ ਵਿੱਚ ਤੁਹਾਨੂੰ ਫਿਰ ਕੋਈ ਉਹ ਜਗ੍ਹਾ ਪਹਿਲੇ ਵਾਲੀ ਨਹੀਂ ਮਿਲੂਗੀ ਉਹਨਾਂ ਨਰਸ ਜਿਹੜੀਆਂ ਲੇਡੀਜ਼ ਸੀਗੀਆਂ ਮੇਰਾ ਖਿਆਲ ਨਰਸਿਸ ਸੀਗੀਆਂ ਉਹ ਉਹਨਾਂ ਨੇ ਖੋਲਿਆ ਜਿਹੜਾ ਆਪਣਾ ਮੂੰਹ ਖੋਲਿਆ ਔਰ ਇਹਨਾਂ ਦੇ ਇੱਥੇ ਜਿਹੜਾ ਕੇਸ ਅਜੇ ਤੱਕ ਚੱਲ ਪਰ 크੍ਰਿਸਚੀਅਨ ਟਿੱਥ ਚ ਐਡੇ ਵੱਡੇ ਕ੍ਰਾਈਮ ਹੁਣ ਉਹਨਾਂ ਨੇ ਜਾ ਕੇ ਖੋਲਣਾ ਸ਼ੁਰੂ ਕੀਤਾ ਹੁਣ ਪਾਪ ਨੇ ਕਿਹਾ ਕਿ ਦੇਖੋ ਇਹ ਬਹੁਤ ਹੋ ਗਿਆ ਅੰਦਰ ਅੰਦਰ ਅਸੀਂ ਜਿੰਨੀ ਵੀ ਇਨਕੁਆਇਰੀ ਕਰਦੇ ਆ ਉਹ ਅੰਦਰੇ ਹੀ ਸਾਰਾ ਕੁਝ ਰਹਿ ਜਾਂਦਾ ਪਬਲਿਕ ਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਅੰਦਰ ਕਿੰਨਾ ਸਿਸਟਮ ਗਲਦਾ ਜਾ ਰਿਹਾ ਕਿਸੇ ਤਰੀਕੇ ਦੀ ਜਿਹੜੀਆਂ ਵੀ ਸਾਡੀਆਂ ਇਹੋ ਜਿਹੀਆਂ ਕੋਈ ਗੱਲਾਂ ਆਉਣਗੀਆਂ ਸੈਕਸ਼ੂਅਲ ਐਕਸਪਲੋਇਟੇਸ਼ਨ ਦੀਆਂ ਕਿਸੇ ਦਾ ਜੈਂਸੀ ਸੋਸ਼ਣ ਹੈਗਾ ਜਾਂ ਹੋਰ ਹੈਗਾ ਜਿਹੜੇ ਪਾਦਰੀ ਜਾਂ ਖਾਸ ਕਰ ਫਾਦਰ ਜਿਹੜੇ ਇਹਨਾਂ ਵੱਲੋਂ ਜਿਨ੍ਹਾਂ ਜਿਨ੍ਹਾਂ ਕੋਲ ਇਹੋ ਜਿਹਾ ਬਿਹੇਵੀਅਰ ਬਿਲਕੁਲ ਉਮੀਦ ਨਹੀਂ ਕੀਤੀ ਜਾਂਦੀ ਤਾਂ ਅਸੀਂ ਉਹ ਪਬਲਿਕ ਵਿੱਚ ਵੀ ਡਿਸਕਲੋਜ਼ ਕਰਨ ਤੋਂ ਗਰੇਜ਼ ਨਹੀਂ ਕਰਾਂਗੇ ਜੀ 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 ਮੈਂ ਤਾਂ ਤੁਹਾਨੂੰ ਐਗਜ਼ਾਮਪਲ ਦਿਤੀ ਆ ਕਿ ਇੱਕ ਪਾਸੇ ਐਡੇ-ਐਡੇ ਵੱਡੇ ਖਰਾਨੇ ਵੀ ਇੱਕ ਧਰਮ ਆਪਣੀ ਨਿੰਦਣ ਤੋਂ ਬਦਨਾਮੀ ਹੋਣ ਤੋਂ ਬਚਾਉਂਦੇ ਆ ਛਪਾਉਂਦੇ ਆ ਸਾਡੇ ਕੁਝ ਹੋਏ ਜਾਂ ਨਾ ਹੋਏ ਉਹਦੇ ਉਹਨੂੰ ਦੂਜੇ ਨੂੰ ਕੁੱਟਣ ਲਈ ਬਦਨਾਮ ਕਰਨ ਲਈ ਲਿਖੋ ਰੰਦਾ ਬਾਬੀ ਸਿੱਖਿਆ ਬਿਲਕੁਲ ਤੁਸੀਂ ਵੀ ਸਿੱਖਿਆ ਇੱਕ ਸਿੱਖ ਦੂਜੇ ਨੂੰ ਭੰਡਦਾ ਤੁਹਾਡਾ ਬਿਲਕੁਲ ਭੰਡਿਆ ਇਸ ਤਰ੍ਹਾਂ ਕਿਉਂ ਕਰਦੇ ਆ ਅਸੀਂ ਤੁਹਾਨੂੰ ਕੀ ਮਿਲਦਾ ਹੈ ਇਹ 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 ਮੈਂ ਸਿੱਖੀ ਨੂੰ ਸਿੱਖੀ ਦੇ ਵਿੱਚ ਕੋਈ ਕਮੀਆਂ ਨੂੰ ਲਗਾਉਣ ਦੀ ਨਹੀਂ ਗੱਲ ਕਰਦਾ ਪਰ ਉਹਦਾ ਪ੍ਰੋਪਰ ਪਲੇਟਫਾਰਮ ਰੱਖੋ ਤੁਸੀਂ ਆਪਣੇ ਕੰਮ ਚੰਗੇ ਕਰਕੇ ਦਿਖਾਓ ਤੁਸੀਂ ਪੰਜਾਬ ਨੂੰ ਮਜ਼ਬੂਤ ਕਰਕੇ ਦਿਖਾਓ ਆਪੇ ਲੋਕ ਤੁਹਾਨੂੰ ਰੋਲ ਮਾਡਲ ਤੁਹਾਡਾ ਲੰਗਰ ਦੀ ਪ੍ਰਥਾ ਜਿਹੜੀ ਜਿਹੜੀ ਅੱਜ ਤੱਕ ਸਮ ਹੋ ਬਚੀ ਹੋਈ ਆ ਸਾਰੀ ਦੁਨੀਆ ਦੇ ਵਿੱਚ ਲੋਕ ਪ੍ਰਭਾਵਿਤ ਹੁੰਦੇ ਆ ਕਿ ਇਹੋ ਜਿਹੇ ਲੋਕ ਆ ਜਿੰਨਾ ਮਰਜੀ ਜਦੋਂ ਮਰਜੀ ਤੁਸੀਂ ਆ ਕੇ ਪ੍ਰਸ਼ਾਦਾ ਛੱਕ ਸਕਦੇ ਜਿਹੋ ਜਿਹਾ ਵੀ ਹੋਵੇ ਚੰਗਾ ਮਾੜਾ ਜੋ ਵੀ ਹੋਵੇ ਹਾਲਾਂਕਿ ਉਹਦੇ 'ਚ ਵੀ ਬਹੁਤ ਕਮੀਆਂ ਆਈਆਂ ਪਰ ਉਹਦੇ باوجود ਵੀ ਅਸੀਂ ਇੱਕ ਨੂੰ ਉਹਨੂੰ ਰੱਖਿਆ ਆ ਇਸੇ ਤਰੀਕੇ ਇਹ ਅਲੱਗ ਆ ਸਾਰੀ ਦੁਨੀਆ ਤੋਂ ਅਲੱਗ ਆ ਹੈਨਾ ਇਸ ਕਿਸਮ ਦੇ ਜਿਹੜੇ ਕੰਮ ਸੀਗੇ ਕਿ ਅਸੀਂ ਸਤਿ ਭਾਵਨਾ ਜਾਤ ਪਾਤ ਹੋਏ ਨਾ ਇਹ ਇਕ ਕਿ ਹਮ ਬਾਰਿਸ਼ ਵਾਲੀ ਗੱਲ ਜਿਹੜੇ ਹੈ ਨਾ ਜੀ ਇੱਕ ਪਿਤਾ ਕੇ ਹਮ ਜੋ ਬਾਰਿਸ਼ ਵਾਲੀ ਗੱਲ ਆ ਉਹ ਹੁੰਦੀ ਕਿ ਕਿਸੇ ਨੂੰ ਜੇ ਇੱਕ ਇੱਕ ਹੀ ਪਿਤਾ ਦੇ ਸਾਰੇ ਬੱਚੇ ਆ ਤੇ ਫਿਰ ਤੇ ਭੈਣ ਭਰਾ ਆ ਫਿਰ ਉਹਦੇ ਚ ਜਾਤ ਵੀ ਨਹੀਂ ਆ ਧਰਮ ਵੀ ਨਹੀਂ ਆ ਕਿਸੇ ਕਿਸਮ ਦੀ ਨਹੀਂ ਉਸ ਨੂੰ ਇਹ ਮਜ਼ਬੂਤ ਕਰਦੇ ਕਰਮ ਪੂਮੀ ਬਣਾ ਕੇ ਜਿਵੇਂ ਗੁਰਨਾਨਕ ਦੇਵ ਜੀ ਨੇ ਇਹਨਾਂ ਨੂੰ ਕਰਤਾਰਪੁਰ ਤੇ ਦੱਸ ਕੇ ਵੀ ਗਏ ਕਿ ਤੁਹਾਨੂੰ ਕਿਰਤ ਕਰਨੀ ਪਊਗੀ ਤੁਸੀਂ ਵੇਲੜ ਹੋ ਕੇ ਇਹ ਇੱਧਰ ਉੱਧਰ ਗੱਡੀਆਂ ਦੇ ਝੂਟੇ ਲੈ ਕੇ ਸਿੱਖੀ ਨੂੰ ਨਹੀਂ ਬਚਾ ਸਕਦੇ ਫਿਰ ਤੇ ਤੁਸੀਂ ਦੂਜੀਆਂ ਪਾਰਟੀਆਂ ਵਾਂਗੂ ਦੂਜਿਆਂ ਮਰ ਦੇ ਪਿੱਛੇ ਲੱਗੋਗੇ ਇਹ ਇਹਦੇ ਪਾਸੇ ਨਹੀਂ ਹਰਜੋਤ ਚੱਲ ਰਹਿ ਇਸ ਕਰਕੇ ਮੈਂ ਇਹ ਵੀਡੀਓ ਤੇ ਡਿਟੇਲ ਕਮੈਂਟ ਇਸ ਕਰਕੇ ਦਿੱਤਾ ਕਿ ਬਹੁਤ ਕੁਝ ਚੈਨਲਾਂ ਦੇ ਉੱਤੇ ਇਸ ਗੱਲ ਦੀ ਵੱਡੀ ਡਿਟੇਲ ਚਰਚਾ ਹੋ ਰਹੀ ਹੈ ਮੈਂ ਕੱਲ ਵੀ ਉਹਦੇ 'ਚ ਪਾਰਟਿਸਿਪੇਟ ਕਰਕੇ ਇਹੀ ਕਿਹਾ ਸੀ ਕਿ ਜੇ ਤੁਸੀਂ ਚੰਗੇ ਬਣਨਾ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਨਹੀਂ ਬਣ ਸਕਦੇ ਜੇ ਚੰਗੇ ਬਣਨਾ ਤੇ ਸਿੱਖ ਔਸੂਲਾਂ ਨੂੰ ਮੱਦੇ ਨਜ਼ਰ ਰੱਖ ਕੇ ਉਸ ਰਸਤੇ ਤੇ ਚੱਲ ਕੇ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਜਵਾਨੀ ਪੰਜਾਬ ਦੇ ਜਿਹੜੇ ਟੀਚਰ ਹੈਗੇ ਆ ਪੰਜਾਬ ਦੇ ਡਾਕਟਰ ਹੈਗੇ ਆ ਉਨ੍ਹਾਂ ਨੂੰ ਮਜ਼ਬੂਤ ਕਰਕੇ ਤੁਸੀਂ ਪੰਜਾਬ ਨੂੰ ਚੰਗੇ ਰੇ ਰਸਤੇ ਤੇ ਲਿਆ ਸਕਦੇ ਆ ਨਾ ਕਿ ਹਰ ਕਿਸਮ ਦਾ ਮਾਫੀਆ ਜਿਹਨੂੰ ਕਹਿੰਦੇ ਟਰਾਂਸਪੋਰਟ ਮਾਫੀਆ ਰੇਤਾ ਮਾਫੀਆ ਫੇਰੇ ਤੇ ਜਿਹੜਾ ਡਰੱਗ ਮਾਫੀਆ ਕਿਹੜੇ ਮਾਫੀਏ ਨਹੀਂ ਹੈਗੇ ਉਹ ਸਾਰੇ ਮਾਫੀਆ ਦੇ ਵਿੱਚ ਜੇ ਤੁਸੀਂ ਆਪ ਗਲਤਾਨ ਹੋਗੇ ਤੁਪੀਰੇ ਸਿੱਖ ਸਿੱਖ ਤੇ ਤੁਹਾਨੂੰ ਕੋਈ ਨਹੀਂ ਕਹੂਗਾ ਹੋਰ ਤੁਸੀਂ ਜੋ ਮਰਜੀ ਹੋ ਜੀ ਬਿਲਕੁਲ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਹਰ ਕੋਈ ਆਪਣੀ ਨਵੇਂ ਸਾਲ ਦਾ ਇੱਕ ਨਿਊ ਇਅਰ ਰੈਜ਼ੋਲੂਸ਼ਨ ਬਣਾਉਂਦਾ ਤੇ ਅਸੀਂ ਇਹੀ ਉਮੀਦ ਕਰਾਂਗੇ ਅਸੀਂ ਸਾਰੇ ਰਲ ਕੇ ਆਪਣਾ ਨਿਊ ਇਅਰ ਦਾ ਹੀ ਨਹੀਂ ਪੂਰੀ ਜ਼ਿੰਦਗੀ ਦਾ ਇੱਕ ਰੈਜ਼ੋਲੂਸ਼ਨ ਬਣਾਈਏ ਕਿ ਅਸੀਂ ਮਨੁੱਖਤਾ ਨੂੰ ਅੱਗੇ ਰੱਖ ਕੇ ਅੱਗੇ ਚੱਲੀਏ ਸਰਬੱਤ ਦਾ ਭਲਾ ਸੋਚੀਏ ਕਰਤ ਕਰੀਏ ਅਗਰ ਇਹ ਚੀਜ਼ਾਂ ਅਸੀਂ ਫਾਲੋ ਕਰਾਂਗੇ ਤਾਂ ਸਾਡੀ ਪੂਰਾ ਜੀਵਨ ਆਪਣੇ ਆਪ ਸਾਡੀ ਪੂਰੀ ਸੋਸਾਇਟੀ ਆਪਣੇ ਆਪ ਬਹੁਤ ਵਧੀਆ ਬਣ ਜਾਏਗੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਖਬਰਾਂ ਦੀ ਖਬਰ ਸਾਡੇ ਦਰਸ਼ਕਾਂ ਲਈ ਪੇਸ਼ ਕੀਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹਰਜੋਤ ਤੇ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੋਰ ਨੂੰ ਵੀ ਦਿਓ ਇਜਾਜ਼ਤ ਸਾਸਟ੍ਰੀਕਾਲ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ